ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਾਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਆਪਣੀ ਲਹੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਗੱਦੀ ਤੇ ਬਿਰਾਜਮਾਨ ਦੋਹਾਂ ਜਹਾਨਾਂ ਦੇ ਵਾਲੀ ਵਾਲੀਏ ਕੁਲ ਆਲਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਵੱਡੇ ਭਾਗ ਨੇ ਜੋ ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਵੀਰ ਜੀ ਹੁਣਾਂ ਪਾਸੋਂ ਗੁਰੂ ਕੀ ਬਾਣੀ ਦੀ ਵਿਚਾਰ ਸ਼ਰਵਣ ਕਰ ਰਹੇ ਸੀ ਆਓ ਕੁਝ ਕੁ ਸਮਾਂ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੀ ਵਿਚਾਰ ਸਾਂਝੀ ਕਰਨੀ ਹੈ ਮੈਂ ਆਸ ਕਰਦੀ ਹਾਂ ਜਿੰਨੇ ਵੀ ਸਰੀਰ ਆਪਾਂ ਗੁਰੂ ਬਾਬਾ ਜੀ ਦੀ ਗੋਦ ਦੇ ਅੰਦਰ ਜੁੜ ਬੈਠੇ ਹਾਂ ਜਾਂ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ ਭਾਗਾਂ ਵਾਲੇ ਉਹ ਸਾਰੇ ਕੁਝ ਸਿੱਖਣ ਦੀ ਭਾਵਨਾ ਦੇ ਨਾਲ ਗੁਰੂ ਗੋਦ ਦੇ ਵਿੱਚ ਬੈਠਣ ਦਾ ਯਤਨ ਕਰਾਂਗੇ ਸੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਸਤਸੰਗੀ ਜਨ ਗੁਰਫਤਿਹ ਨਾਲ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਹ ਜੋ ਪਿਆਰਾ ਸ਼ਬਦ ਮੈਂ ਆਪ ਜੀ ਦੇ ਸਨਮੁਖ ਜਿਸ ਦਾ ਰਹਾਉ ਵਾਲਾ ਬੰਦ ਪੜ੍ਹਿਆ ਹੈ, ਇਹ ਸ਼ਬਦ ਰਾਗ ਗੌੜੀ ਗੁਆਰੇਰੀ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 182 ਤੇ ਸੁਭਾਏਮਾਨ ਹੈ। ਬੜਾ ਪਿਆਰਾ ਉਪਦੇਸ਼ ਦਾਤਾਰ ਨੇ ਇਹ ਸ਼ਬਦ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਸਾਹਿਬ ਜੀ ਕਹਿੰਦੇ ਪਿਆਰਿਆ, ਜਿੰਨੀ ਵੀ ਤੇਰੀ ਜ਼ਿੰਦਗੀ ਹੈ, ਜਿੰਨੀ ਵੀ ਤੇਰੀ ਆਰਜੂ ਹੈ, ਕਿੰਨਾ ਚੰਗਾ ਹੋਵੇ ਜੇ ਤੂੰ ਜਾਗ ਕੇ ਇਹਨੂੰ ਕੱਢੇ, ਜਾਗ ਕੇ ਬਤੀਤ ਕਰੇ। ਪਾਗਾਂ ਵਾਲਿਓ, ਜਿਵੇਂ ਇੱਕ ਲਾਇਕ ਟੀਚਰ ਬੱਚਿਆਂ ਨੂੰ ਵਾਰ ਵਾਰ ਸਮਝਾਉਂਦਾ ਹੈ, ਬੱਚਿਓ ਪੜ੍ਹ ਜਾਓਗੇ ਤੇ ਭਵਿੱਖ ਚੰਗਾ ਹੋਵੇਗਾ, ਜਿਵੇਂ ਡਾਕਟਰ ਮਰੀਜ਼ ਨੂੰ ਵਾਰ ਵਾਰ ਸਮਝਾਉਂਦਾ ਹੈ ਦਵਾਈ ਖਾਓਗੇ ਪਰਹੇਜ਼ ਰੱਖੋਗੇ ਤੇ ਠੀਕ ਹੋ ਜਾਓਗੇ, ਏਦਾਂ ਹੀ ਪਾਗਾਂ ਵਾਲਿਓ ਗੁਰੂ ਜੀ ਸਾਨੂੰ ਸਮਝਾਉਂਦੇ ਹੈ ਇਹ ਪਿਆਰਿਓ, ਜੇ ਜਾਗ ਜਾਓਗੇ ਤੇ ਬਚ ਜਾਓਗੇ, ਜੇ ਸੌਂ ਜਾਓਗੇ ਤੇ ਲੁੱਟੇ ਜਾਓਗੇ ਮਾਰੇ ਜਾਓਗੇ। ਪਾਗਾਂ ਵਾਲਿਓ, ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ। ਸਾਹਿਬ ਜੀ ਕਹਿੰਦੇ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਰਹਾਉ ਵਾਲੇ ਬੰਦ ਦੇ ਅੰਦਰ ਕਹਿੰਦੇ ਆ ਜਿਹੜਾ ਘਰ ਹੈ ਇੱਕ ਹੈ ਬਾਹਰੀ ਘਰ ਜਿਹਦੇ ਵਿੱਚ ਆਪਾਂ ਰਹਿੰਦੇ ਹਾਂ, ਰੋਟੀ ਪਾਣੀ ਖਾਂਦੇ ਹਾਂ, ਸੌਂਦੇ ਹਾਂ। ਇੱਕ ਘਰ ਦਤਾਰ ਜੀ ਨੇ ਇਸ ਹਿਰਦੇ ਨੂੰ ਕਿਹਾ ਹੈ ਜਿਹਦੇ ਵਿੱਚੋਂ ਵਿਚਾਰ ਉਪਜਦੀ ਹੈ। ਕਹਿੰਦੇ ਪਿਆਰਿਆ ਜੇ ਇਸ ਘਰ ਦੇ ਵਿੱਚ ਰਹਿ ਰਿਹਾ ਹੈ ਨਾ, ਜਿਵੇਂ ਬਾਹਰੀ ਘਰ ਲਈ ਸੁਚੇਤ ਹੈ। ਕਹਿੰਦੇ ਪਿਆਰਿਆ ਕਿੰਨਾ ਚੰਗਾ ਹੋਵੇ ਜਿਹੜਾ ਘਰ ਤੇਰੇ ਨਾਲ ਸਦੀਵ ਰਹਿੰਦਾ ਹੈ, ਜੇ ਤੂੰ ਇਹਦੇ ਪ੍ਰਤੀ ਵੀ ਸੁਚੇਤ ਹੋ ਜਾਵੇਂ। ਪਾਗਾਂ ਵਾਲਿਓ, ਜਾਗਣਾ ਦੋ ਪ੍ਰਕਾਰ ਦਾ ਹੈ। ਇੱਕ ਹੈ ਸਰੀਰ ਜਾਗ ਰਿਹਾ ਹੈ, ਜਿਵੇਂ ਆਪਾਂ ਸਾਰੇ ਗੁਰੂ ਘਰ ਆਏ ਹਾਂ, ਸਰੀਰ ਜਾਗ ਰਿਹਾ ਹੈ, ਰੋਟੀ ਖਾ ਰਹੇ ਹਾਂ, ਸਰੀਰ ਜਾਗ ਰਿਹਾ ਹੈ, ਤਨ ਤੇ ਮੈਲਾ ਕੱਪੜਾ ਹੈ ਉਹਨੂੰ ਲਾਹ ਕੇ ਦੂਜਾ ਪਾ ਰਹੇ ਹਾਂ, ਸਰੀਰ ਜਾਗ ਰਿਹਾ ਹੈ, ਬੱਚਿਆਂ ਨੂੰ ਸਕੂਲ ਭੇਜ ਰਹੇ ਹਾਂ, ਖੇਤਾਂ 'ਚ ਹਲ ਕਰ ਰਹੇ ਹਾਂ, ਬਿਜ਼ਨਸ ਕਰ ਰਹੇ ਹਾਂ, ਨੌਕਰੀ 'ਤੇ ਜਾ ਰਹੇ ਹਾਂ। ਸਾਹਿਬ ਜੀ ਕਹਿੰਦੇ ਪਿਆਰੇ ਆ, ਜਦੋਂ ਸਰੀਰ ਜਾਗਦਾ ਹੁੰਦਾ ਹੈ ਨਾ ਤੂੰ ਬੜੇ ਕੰਮ ਕਰਦਾ ਹੈ, ਤੇ ਕਹਿੰਦੇ ਜਦੋਂ ਵਾਰੀ ਮਨ ਦੀ ਆਉਂਦੀ ਹੈ ਨਾ ਤੂੰ ਸੌਂ ਜਾਂਦਾ ਹੈ। ਸਰੀਰ ਦਾ ਜਾਗਣਾ ਇੱਕ ਅਲੱਗ ਵਿਸ਼ਾ ਹੈ ਤੇ ਮਨ ਦਾ ਜਾਗਣਾ ਇੱਕ ਅਲੱਗ ਵਿਸ਼ਾ ਹੈ। ਸਾਹਿਬ ਜੀ ਕਹਿੰਦੇ ਸਰੀਰ ਕਰਕੇ ਤੂੰ ਬੜਾ ਜਾਗ ਰਿਹਾ ਹੈ, ਪਰ ਅਫਸੋਸ ਹੈ ਸਰੀਰ ਜਾਗ ਰਿਹਾ ਹੈ ਤੇ ਮਨ ਤੇਰਾ ਸੁੱਤਾ ਪਿਆ ਹੈ। ਕਹਿੰਦੇ ਇਹਨੂੰ ਵੀ ਜਗਾ, ਆਵਾਜ਼ ਮਾਰ, ਜਿਵੇਂ ਮਾਂ ਆਵਾਜ਼ ਮਾਰਦੀ ਹੈ ਨਾ ਪੁੱਤ ਉੱਠ, ਸਕੂਲੋਂ ਲੇਟ ਹੋ ਜਾਵੇਂਗਾ, ਸਕੂਲੇ ਗਾਲਾਂ ਫਿਰਨਗੀਆਂ, ਲੈਕਚਰ ਮਿਸ ਹੋ ਜਾਣਗੇ, ਏਦਾਂ ਗੁਰੂ ਆਵਾਜ਼ਾਂ ਮਾਰਦਾ ਹੈ। ਕਹਿੰਦੇ ਪੁੱਤ ਵੇ ਜਾਗ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕਹਿੰਦੇ ਆਪਣਾ ਸੰਬੰਧ ਸੱਚ ਨਾਲ ਬਣਾਓ, ਜਦੋਂ ਸੰਬੰਧ ਸੱਚ ਨਾਲ ਬਣੇਗਾ ਨਾ ਭਾਗਾਂ ਵਾਲਿਓ, ਫਿਰ ਜਾਗੇਗਾ ਮਨ। ਜਿੱਥੇ ਤਨ ਜਾਗ ਰਿਹਾ ਹੈ ਫਿਰ ਮਨ ਦੇ ਵਿੱਚੋਂ ਵੀ ਜਾਗ ਪੈਦਾ ਹੋਵੇਗੀ, ਜਿਸ ਜਾਗ ਦੇ ਵਿੱਚੋਂ ਚੰਗੇ ਵਿਚਾਰ ਨਿਕਲਣਗੇ,
ਜਿਸ ਜਾਗਣ ਤੋਂ ਇਹ ਪਤਾ ਲੱਗੇਗਾ ਜਿਸ ਜਗ੍ਹਾ ਤੇ ਮੈਂ ਰੱਬ ਨੂੰ ਸਮਝੀ ਬੈਠਾ ਸਾਂ, ਰੱਬ ਉਸ ਜਗ੍ਹਾ ਤੇ ਨਹੀਂ, ਰੱਬ ਮੇਰੇ ਅੰਦਰ ਹੈ। ਸੰਬੰਧ ਮੈਂ ਅੰਦਰਲੇ ਰੱਬ ਨਾਲ ਬਣਾਉਣਾ ਸੀ, ਪਰ ਮਾਫ ਕਰਿਆ ਜੇ ਗੁਰਬਾਣੀ ਦੀ ਸਹੀ ਵਿਚਾਰ ਨਾ ਸੁਣ ਕਰਕੇ, ਨਾ ਹੋਣ ਕਰਕੇ ਬੰਦਾ ਸਾਰੇ ਦਾ ਸਾਰਾ ਹੀ ਬਾਹਰ ਜੁੜਿਆ ਪਿਆ ਹੈ। ਸਾਹਿਬ ਜੀ ਕਹਿੰਦੇ ਪਿਆਰੇ ਆ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਕਹਿੰਦੇ ਤੇਰੇ ਅੰਦਰ ਹੈ ਜਿਹਨੂੰ ਤੂੰ ਬਾਹਰ ਲੱਭਦਾ ਹੈ। ਅੱਛਾ ਬਾਬਾ ਜੇ ਮੈਂ ਬਾਹਰ ਲੱਭਾਂਗਾ, ਕਹਿੰਦੇ ਬਾਹਰ ਟੋਲੇ ਸੋ ਭਰਮ ਭੁਲਾਈ, ਕਹਿੰਦੇ ਬਾਹਰ ਲੱਭੇਗਾ ਤੇ ਪਿਆਰੇ ਆ ਭਰਮ ਤੋਂ ਇਲਾਵਾ ਕੁਝ ਵੀ ਨਹੀਂ। ਰੱਬ ਨੂੰ ਅੰਦਰੋਂ ਖੋਜ, ਰੱਬ ਅੰਦਰੋਂ ਖੋਜਣ ਦਾ ਵਿਸ਼ਾ ਹੈ। ਭਾਗਾਂ ਵਾਲਿਓ, ਰੱਬ ਦੇ ਨਾਂ ਤੇ ਸਾਨੂੰ ਬੜਾ ਲੁੱਟਿਆ ਗਿਆ ਹੈ ਤੇ ਬੜਾ ਕੁੱਟਿਆ ਵੀ ਗਿਆ ਹੈ। 1521 ਈਸਵੀ ਦੇ ਵਿੱਚ ਐਮਨਾਬਾਦ ਦੀ ਧਰਤੀ ਤੇ ਜਦੋਂ ਬਾਬਰ ਚੜ੍ਹਾਈ ਕਰਕੇ ਆਇਆ ਹੈ, ਗੁਰੂ ਨਾਨਕ ਸਾਹਿਬ ਜੀ ਹਰੇਕ ਘਰ ਦੇ ਵਿੱਚ ਗਏ ਨੇ, ਕੁੰਡੇ ਖੜਕਾਏ ਨੇ, ਜਾਗੋ, ਹਥਿਆਰ ਚੁੱਕੋ, ਇਹ ਵੇਲਾ ਚੁੱਪ ਰਹਿਣ ਦਾ ਨਹੀਂ ਹੈ। ਜਿੱਥੋਂ ਤੁਸੀਂ ਕਹਿ ਰਹੇ ਹੋ ਨਾ ਕਿ ਇਸ ਮੂਰਤੀਆਂ ਦੇ ਵਿੱਚੋਂ ਰੱਬ ਪੈਦਾ ਹੋਵੇਗਾ, ਕਿਸੇ ਰੱਬ ਨੇ ਆ ਕੇ ਤੁਹਾਡੀ ਮਦਦ ਨਹੀਂ ਕਰਨੀ, ਤੁਹਾਨੂੰ ਆਪਣੀ ਮਦਦ ਖੁਦ ਕਰਨੀ ਪੈਣੀ ਹੈ। ਭਾਗਾਂ ਵਾਲਿਓ, ਮੈਂ ਇੱਥੇ ਇੱਕ ਗੱਲ ਕਰਦੀ ਜਾਵਾਂ, ਜਿੱਥੇ ਸਾਨੂੰ ਰਾਜਨੀਤਿਕ ਆਗੂਆਂ ਨੇ ਰੱਜ ਕੇ ਲੁੱਟਿਆ ਹੈ, ਮਾਰਿਆ ਹੈ, ਸ਼ੱਕ ਕੋਈ ਨਹੀਂ ਹੈ, ਉੱਥੇ ਧਾਰਮਿਕ ਆਗੂਆਂ ਨੇ ਵੀ ਸਾਡੇ ਸਾਨੂੰ ਮਾਰਨ ਤੇ ਕੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਦੋ ਸਮੇਂ ਦੇ ਮੋਢੀ, ਰਾਜਨੀਤਿਕ ਆਗੂ ਤੇ ਧਾਰਮਿਕ ਆਗੂ, ਦੋਵੇਂ ਆਪਸ ਦੇ ਵਿੱਚ ਰਲ ਗਏ ਨੇ। ਹੁਣ ਰਾਜਨੀਤਿਕ ਆਗੂ ਧਾਰਮਿਕ ਆਗੂ ਨੂੰ ਕਹਿੰਦਾ ਹੈ, ਧਰਮ ਦੇ ਨਾਂ ਤੇ ਜਿੰਨਾ ਇਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਕੁੱਟੋ, ਕਿਉਂਕਿ ਧਰਮ ਦੇ ਨਾਂ ਤੇ ਜਦੋਂ ਵੀ ਗੱਲ ਧਰਮ ਦੀ ਚੱਲਦੀ ਹੈ, ਦੁਨੀਆ ਉਸ ਪਾਸੇ ਲੱਗਣ ਨੂੰ ਤਿਆਰ ਹੋ ਜਾਂਦੀ ਹੈ, ਚਲੇ ਜਾਂਦੀ ਹੈ ਉਸ ਰਸਤੇ ਤੇ। ਹੁਣ ਧਾਰਮਿਕ ਆਗੂ ਘਰ ਦੇ ਵਿੱਚ ਆਇਆ ਹੈ, ਕਹਿੰਦਾ ਦੇਖੋ ਜੀ, ਜੇ ਰੱਬ ਦੀ ਪ੍ਰਾਪਤੀ ਕਰਨੀ ਹੈ, ਘਰੇ ਬੈਠਿਆਂ ਨਹੀਂ ਹੋਣੀ, ਗ੍ਰਿਸਤ ਦੇ ਵਿੱਚ ਨਹੀਂ ਹੋਣੀ, ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਤੁਹਾਨੂੰ ਸੁਮੇਰ ਪਰਬਤਾਂ ਤੇ ਜਾਣਾ ਪਵੇਗਾ। ਧਾਰਮਿਕ ਆਗੂ ਨੇ ਗੁੰਮਰਾਹ ਕੀਤਾ ਹੈ ਤੇ ਰਾਜਨੀਤਿਕ ਆਗੂ ਨੇ ਹਮਲਾ ਕਰ ਦਿੱਤਾ ਹੈ ਘਰਾਂ ਦੇ ਵਿੱਚ। ਪਾਗਾਂ ਵਾਲਿਓ, ਉਦੋਂ ਔਰਤ ਨੂੰ ਇਹ ਅਧਿਕਾਰ ਨਹੀਂ ਸੀ ਹੁੰਦਾ, ਜੇ ਕੋਈ ਹਮਲਾਵਰ ਆਉਂਦਾ ਹੈ, ਚੜ੍ਹਾਈ ਕਰਕੇ ਆਉਂਦਾ ਹੈ ਤੇ ਉਸ ਹਮਲੇ ਦਾ ਕੋਈ ਔਰਤ ਜਵਾਬ ਦੇ ਪਾਵੇ, ਹਥਿਆਰ ਫੜ ਪਾਵੇ। ਜਿਨ੍ਹਾਂ ਨੇ ਘਰਾਂ ਦੇ ਵਿੱਚ ਕਰਨੀਆਂ ਸੀ ਰਾਖੀਆਂ, ਉਹਨਾਂ ਨੂੰ ਚੜਾ ਦਿੱਤਾ ਹੈ ਧਾਰਮਿਕ ਆਗੂ ਨੇ ਸੁਮੇਰ ਪਰਬਤਾਂ ਤੇ ਉੱਤੇ। ਜਾਓ, ਉੱਥੇ ਜਾ ਕੇ ਰੱਬ ਮਿਲੇਗਾ। ਇਧਰੋਂ ਰਾਜਨੀਤਿਕ ਆਗੂ ਆਏ, ਧਰਮ ਦੇ ਠੇਕੇਦਾਰ ਆਏ, ਉਹਨਾਂ ਨੇ ਖੂਬ ਜਿੱਥੇ ਸਾਨੂੰ ਲੁੱਟਿਆ ਉੱਥੇ ਭਾਗਾਂ ਵਾਲੇ ਉਹ ਕੁੱਟਣ ਚ ਵੀ ਕੋਈ ਕਸਰ ਨਹੀਂ ਛੱਡੀ। ਤੇ 1521 ਈਸਵੀ ਦੇ ਵਿੱਚ ਬਾਬਰ ਚੜ੍ਹਾਈ ਕਰਕੇ ਆਇਆ ਹੈ, ਇਥੋਂ ਦੀਆਂ ਬਹੁ ਬੇਟੀਆਂ ਦੇ ਨਾਲ ਜਿੱਥੇ ਲੁੱਟਿਆ ਗਿਆ ਉੱਥੇ ਕੁਕਰਮ ਵੀ ਕਰਕੇ ਗਿਆ ਹੈ। ਨੌਜਵਾਨ ਜਿਨ੍ਹਾਂ ਨੂੰ ਬੰਦੀ ਬਣਾ ਕੇ ਆਪਣੇ ਗੁਲਾਮ ਬਣਾ ਕੇ ਲੈ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਵੀ ਹਾਰ ਨਹੀਂ ਮੰਨੀ, ਫਿਰ ਗਏ ਨੇ ਘਰਾਂ ਘਰਾਂ ਚ, ਭਾਈ ਜਾਗੋ, ਜਾਗੋ, ਹੁਣ ਜਾਗਣ ਦਾ ਵੇਲਾ ਹੈ। ਭਾਈ ਮਰਦਾਨੇ ਨੇ ਬਾਹੋਂ ਫੜ ਲਿਆ। ਭਾਈ ਮਰਦਾਨਾ ਕਹਿੰਦਾ, ਬਾਬਾ ਇਹ ਉਹੀ ਲੋਕ ਨੇ
ਜਿੰਨਾ ਤੇਰੀ ਅੱਜ ਤੋਂ ਕੁਝ ਟਾਈਮ ਪਹਿਲਾਂ ਨਹੀਂ ਮੰਨੀ, ਕਿਉਂ ਜਾ ਰਿਹਾ ਹੈ? ਬਾਬੇ ਨਾਨਕ ਨੇ ਜਵਾਬ ਬੜਾ ਪਿਆਰਾ ਦਿੱਤਾ ਹੈ, ਕਾਸ਼ ਕਿਤੇ ਅੱਜ ਸਾਡੇ ਜਿਹੜੇ ਧਾਰਮਿਕ ਆਗੂ ਆਪਣੇ ਆਪ ਨੂੰ ਅਖਵਾ ਰਹੇ ਹੈ ਨਾ, ਕਾਸ਼ ਅੱਜ ਉਹਨਾਂ ਦੇ ਹਿਰਦਿਆਂ 'ਚ ਵੀ ਵਸ ਜਾਵੇ। ਬਾਬੇ ਨਾਨਕ ਨੇ ਕਿਹਾ, ਬਾਬਾ ਕਹਿੰਦਾ ਮੈਂ ਉਹਨਾਂ ਚਿਰ ਇਹਨਾਂ ਦਾ ਸਾਥ ਨਹੀਂ ਛੱਡਾਂਗਾ ਜਿੰਨਾ ਚਿਰ ਇਹ ਜਾਗ ਨਹੀਂ ਜਾਂਦੇ, ਜਿੰਨਾ ਚਿਰ ਮੇਰੇ ਅੰਦਰ ਸਵਾਸ ਨੇ ਮੈਂ ਜਗਾਉਂਦਾ ਰਵਾਂਗਾ, ਮਰਜ਼ੀ ਇਹਨਾਂ ਦੀ ਹੈ, ਜਾਗਣਾ ਹੈ ਜਾਂ ਫਿਰ ਲੁੱਟੇ ਜਾਣਾ ਹੈ। ਪਾਗਾਂ ਵਾਲੇ ਹੋ, ਬਾਬੇ ਨੇ ਫੇਰ ਜਾ ਕੇ ਕੁੰਡੇ ਖੜਕਾਏ ਨੇ, ਸਾਹਿਬ ਨੇ ਫਿਰ ਸਮਝਾਇਆ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ। ਪਿਆਰਿਆ, ਜੇ ਇਸ ਘਰ ਦੇ ਵਿੱਚ ਜਾਗੇਗਾ ਨਾ, ਤੇ ਜਿਹੜਾ ਸਬਰ, ਜਿਹੜਾ ਸੰਤੋਖ, ਜਿਹੜਾ ਧਰਮ, ਜਿਹੜੇ ਦੈਵੀ ਗੁਣਾਂ ਤੇ ਪੜਦਾ ਪਿਆ ਹੈ ਨਾ ਪਿਆਰਿਆ, ਉਹ ਦੈਵੀ ਗੁਣ ਤੇਰੇ ਮਿੱਤਰ ਬਣ ਜਾਣਗੇ। ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ, ਕਹਿੰਦੇ ਹਰ ਜਸ ਰੇ ਮਣਾ ਗਾਏ ਲੈ, ਇਹ ਮਣਾ ਕਿੱਧਰ ਨੂੰ ਤੁਰਿਆ ਫਿਰਦਾ ਹੈ, ਕਿਉਂ ਲੋਕਾਂ ਚਾਰੀ ਦੇ ਵਿੱਚ ਐਨ ਗਰਸਿਆ ਪਿਆ ਹੈ? ਕਹਿੰਦੇ ਗਾਉਣਾ ਹੀ, ਗਾਉਣ ਤੋਂ ਭਾਵ ਪਾਗਾਂ ਵਾਲਿਓ ਕੱਲਾ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਨੀ, ਬਾਣੀ ਨੂੰ ਪੜ ਲੈਣਾ ਨੀ। ਸਾਹਿਬ ਜੀ ਕਹਿੰਦੇ ਆਪਣੀ ਸੁਰਤ ਚ ਟਿਕਾ ਇਸ ਬਾਣੀ ਨੂੰ। ਪਾਗਾਂ ਵਾਲਿਓ, ਇੱਥੇ ਮੈਂ ਤਵਾਰੀਖ ਦੀ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਦੀ ਜਾਵਾਂ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦੇ ਵਿੱਚ ਇੱਕ ਗੁਰੂ ਕਾ ਪਿਆਰਾ ਸਿੱਖ ਰੋਜ਼ਾਨਾ ਦੁੱਧ ਦੀ ਸੇਵਾ ਕਰਿਆ ਕਰਦਾ ਹੈ। ਇੱਕ ਦਿਨ ਕੀ ਹੋਇਆ, ਮਨ ਦੇ ਵਿੱਚ ਸਵਾਲ ਆਇਆ, ਮੈਂ ਸੰਗਤ ਵੀ ਕਰਦਾ ਹੈ, ਨਾਮ ਵੀ ਜਪਦਾ ਹੈ, ਕਿਰਤ ਵੀ ਕਰਦਾ ਹੈ ਤੇ ਵੰਡ ਕੇ ਵੀ ਛਕਦਾ ਹੈ, ਪਰ ਮੇਰੇ ਅੰਦਰ ਸ਼ਾਂਤੀ ਕਿਉਂ ਨਹੀਂ ਹੈ? ਕਿਉਂ ਮੈਂ ਤੜਫਦਾ ਰਹਿਣਾ ਹੈ? ਕਿਉਂ ਮੈਂ ਭੜਕਦਾ ਰਹਿਣਾ ਹੈ? ਗੁਰੂ ਜੀ ਦੇ ਕੋਲ ਆਇਆ, ਦੀਵਾਨ ਦੀ ਸਮਾਪਤੀ ਹੋਈ। ਕਹਿੰਦਾ ਗੁਰੂ ਜੀ, ਜੋ ਸੰਗਤ ਚੋਂ ਮੈਨੂੰ ਮਿਲਣਾ ਚਾਹੀਦਾ ਸੀ ਮੈਨੂੰ ਮਿਲ ਨਹੀਂ ਰਿਹਾ, ਮੇਰੇ ਅੰਦਰ ਸ਼ਾਂਤੀ ਨਹੀਂ ਹੈ, ਸਹਿਜ ਨਹੀਂ ਹੈ। ਗੁਰੂ ਜੀ ਕਹਿੰਦੇ ਪਿਆਰਿਆ, ਜੇ ਇਸ ਸਵਾਲ ਦਾ ਜਵਾਬ ਲੈਣਾ ਹੈ ਨਾ, ਕੱਲ ਨੂੰ ਆਈ, ਤੈਨੂੰ ਕੱਲ ਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ। ਬੜਾ ਐਕਸਾਈਟਡ ਸੀ ਕਿ ਮੈਨੂੰ ਕੱਲ ਨੂੰ ਗੁਰੂ ਨੇ ਸਵਾਲ ਦਾ ਜਵਾਬ ਦੇਣਾ ਹੈ। ਘਰੇ ਗਿਆ ਹੈ, ਰੋਜ਼ਾਨਾ ਦੀ ਤਰ੍ਹਾਂ ਨਿਤਾ ਪ੍ਰਤੀ ਕੰਮ ਕੀਤਾ ਹੈ, ਸਵੇਰੇ ਉੱਠਿਆ ਹੈ। ਪਹਿਲਾਂ ਵਾਲੇ ਉੱਠਣ ਤੇ ਅੱਜ ਦੇ ਉੱਠਣ 'ਚ ਕੁਝ ਫਰਕ ਹੈ। ਚਾਹੇ ਮੈਨੂੰ ਮੇਰੇ ਗੁਰੂ ਨੇ ਮੇਰੇ ਸਵਾਲ ਦਾ ਜਵਾਬ ਦੇਣਾ ਹੈ, ਤੇ ਅੱਜ ਪਹਿਲਾਂ ਹੀ ਪਹੁੰਚ ਗਿਆ ਹੈ ਗੁਰੂ ਦੀ ਸੰਗਤ ਦੇ ਵਿੱਚ। ਸਾਹਮਣੇ ਕੀ ਦੇਖਦਾ ਹੈ, ਪਹਿਲਾਂ ਰੋਜ਼ ਭਾਈ ਮਰਦਾਨਾ ਜੀ ਦੁੱਧ ਵਾਲਾ ਭਾਂਡਾ ਲੈ ਕੇ ਖੜੇ ਹੁੰਦੇ ਸੀ, ਜਿਸ ਭਾਂਡੇ 'ਚ ਦੁੱਧ ਪਵਾਉਣਾ ਹੁੰਦਾ ਸੀ। ਅੱਜ ਕੀ ਦੇਖਦਾ ਹੈ, ਸਾਹਮਣੇ ਗੁਰੂ ਨਾਨਕ ਸਾਹਿਬ ਜੀ ਖੜੇ ਨੇ। ਗੁਰੂ ਜੀ ਨੂੰ ਕਹਿੰਦਾ ਹੈ, ਗੁਰੂ ਜੀ ਤੁਸੀਂ ਇੰਨੀ ਖੇਚਲ ਕਿਉਂ ਕੀਤੀ? ਜੇ ਮਰਦਾਨਾ ਨਹੀਂ ਸੀ ਮੈਂ ਦੁੱਧ ਆਪ ਪਾਉਂਦਾ, ਤੁਸੀਂ ਭਾਂਡਾ ਰੱਖ ਦਿੰਦੇ। ਗੁਰੂ ਕੇ ਪਿਆਰੇ ਉਹ ਸਿੱਖੋ, ਇਹ ਸਵਾਲ ਸਾਡੇ ਤੇ ਵੀ ਟੁੱਕਦਾ ਹੈ। ਅਸੀਂ ਵੀ ਕਹਿੰਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਕ੍ਰੋਧ ਚੱਤੇ ਪੈਰ ਹਾਵੀ ਹੈ। ਅਸੀਂ ਵੀ ਕਹਿੰਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਲੋਭ ਛੱਡਣ ਨੂੰ ਤਿਆਰ ਨਹੀਂ ਹੈ। ਗੁਰੂ ਜੀ ਨੂੰ ਕਹਿੰਦਾ, ਗੁਰੂ ਜੀ ਤੁਸੀਂ ਕਿਉਂ ਆਏ ਹੋ? ਮੈਂ ਭਾਂਡੇ 'ਚ ਦੁੱਧ ਪਾਉਂਦਾ, ਇੰਨੀ ਖੇਚਲ ਕਿਉਂ ਕੀਤੀ? ਗੁਰੂ ਜੀ ਕਹਿੰਦੇ ਪਿਆਰਿਆ,
ਕੋਈ ਗੱਲ ਨਹੀਂ ਹੈ, ਆ ਭਾਂਡਾ ਹੈ ਤੇ ਭਾਂਡੇ ਚ ਦੁੱਧ ਪਾ। ਭਾਂਡੇ ਚ ਜਿਉਂ ਦੁੱਧ ਪਾਉਣ ਲੱਗਦਾ ਹੈ, ਦੇਖਦਾ ਹੈ ਭਾਂਡਾ ਅੰਦਰੋਂ ਕਾਲਾ ਹੈ, ਭਾਂਡਾ ਮੈਲ ਨਾਲ ਭਰਿਆ ਹੋਇਆ। ਕਹਿੰਦਾ ਗੁਰੂ ਜੀ ਮਾਫ ਕਰਿਓ, ਮੇਰਾ ਅੱਗੋਂ ਬੋਲਣ ਨੂੰ ਦਿਲ ਤਾਂ ਨਹੀਂ ਸੀ ਕਰਦਾ, ਪਰ ਇਸ ਭਾਂਡੇ ਚ ਦੁੱਧ ਨਹੀਂ ਪੈ ਸਕਦਾ। ਗੁਰੂ ਜੀ ਕਹਿੰਦੇ ਕਿਉਂ ਭਾਈ, ਕੀ ਪ੍ਰੋਬਲਮ ਕੀ ਹੈ ਇਸ ਭਾਂਡੇ ਚ? ਕਹਿੰਦਾ ਗੁਰੂ ਜੀ ਤੁਸੀਂ ਸਿਆਣੇ ਹੋ, ਜਾਣਦੇ ਹੋ ਇਹ ਭਾਂਡੇ ਦੇ ਅੰਦਰ ਕਾਲਖ ਲੱਗੀ ਹੈ, ਮੈਲ ਲੱਗੀ ਹੈ। ਜੇ ਇਸ ਭਾਂਡੇ ਦੇ ਵਿੱਚ ਮੈਂ ਦੁੱਧ ਪਾਵਾਂਗਾ ਤੇ ਦੁੱਧ ਖਰਾਬ ਹੋ ਜਾਵੇਗਾ, ਵਰਤਣ ਯੋਗ ਨਹੀਂ ਰਹੇਗਾ। ਗੁਰੂ ਜੀ ਕਹਿੰਦੇ ਛੱਡ ਪਰਾਂ, ਪਾ ਤੂੰ ਦੁੱਧ। ਕਹਿੰਦੇ ਕਹਿੰਦਾ ਗੁਰੂ ਜੀ ਇਹਦੇ ਵਿੱਚ ਦੁੱਧ, ਗੁਰੂ ਜੀ ਕਹਿੰਦੇ ਦੁੱਧ ਪਾਓ ਇਹਦੇ ਚ। ਗੁਰੂ ਜੀ ਕਹਿੰਦੇ ਨਾ ਪਿਆਰਿਆ। ਸਿੱਖ ਕਹਿੰਦਾ ਹੈ ਗੁਰੂ ਜੀ ਕਿਵੇਂ ਨਾ ਕਿਵੇਂ ਕਰਕੇ ਇਸ ਭਾਂਡੇ ਨੂੰ ਧੋਤਾ ਜਾਵੇ ਤੇ ਫਿਰ ਮੈਂ ਦੁੱਧ ਪਾਵਾਂਗਾ। ਗੁਰੂ ਜੀ ਕਹਿੰਦੇ ਇਹਦੇ ਚ ਦੁੱਧ ਪਾ। ਕਹਿੰਦਾ ਨਹੀਂ ਪਵੇਗਾ। ਗੁਰੂ ਜੀ ਮੈਨੂੰ ਮਾਫ ਕਰਿਓ, ਇਸ ਭਾਂਡੇ ਚ ਦੁੱਧ ਨਹੀਂ ਪਵੇਗਾ ਕਿਉਂਕਿ ਭਾਂਡਾ ਮੈਲਾ ਹੈ। ਗੁਰੂ ਜੀ ਕਹਿੰਦੇ ਬਸ ਪਿਆਰਿਆ, ਇਹੀ ਗੱਲ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬਾਹਰੋਂ ਜਿੰਨਾ ਮਰਜ਼ੀ ਲਿਸ਼ਕ ਲੈ, ਬਾਹਰੋਂ ਜਿੰਨਾ ਮਰਜ਼ੀ ਦਿਖਾਵਾ ਕਰ ਲੈ, ਜੇ ਅੰਦਰ ਮੈਲ ਹੈ, ਜੇ ਅੰਦਰ ਨਿਰਮਲ ਨਹੀਂ ਤੇ ਬਾਹਰੋਂ ਵੀ ਨਿਰਮਲ ਹੋਣ ਦਾ ਕੋਈ ਲਾਭ ਨਹੀਂ ਹੈ। ਬਾਹਰ ਦਾ ਸੰਬੰਧ, ਬਾਹਰੀ ਸਫਾਈ ਦਾ ਸੰਬੰਧ ਤੇਰੇ ਸਰੀਰ ਨਾਲ ਹੋ ਸਕਦਾ ਹੈ, ਅੰਦਰਲੀ ਸਫਾਈ ਦਾ ਸੰਬੰਧ ਗੁਰੂ ਨਾਲ ਹੈ। ਪਿਆਰਿਆ ਉਹਨੂੰ ਮਿੱਤਰ ਬਣਾ ਜਿਹੜਾ ਤੇਰਾ ਸਦਾ ਲਈ ਤੇਰਾ ਸਾਥ ਦਿੰਦਾ ਹੈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ। ਕਹਿੰਦੇ ਆਹ ਜਿਹੜੀ ਜ਼ਿੰਦਗੀ ਹੈ ਨਾ ਤੇਰੀ, ਦਿਨ ਪ੍ਰਤੀ ਦਿਨ ਘਟ ਰਹੀ ਹੈ। ਆਖੇ ਲੱਗ ਔਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ, ਆਖੇ ਲੱਗ ਜਾ ਇਸ ਜ਼ਿੰਦਗੀ ਦੀ ਸੰਭਾਲ ਕਰ ਲੈ। ਉਹਨਾਂ ਚੀਜ਼ਾਂ ਨੂੰ ਦੂਰ ਕਰ। ਬਾਬਾ ਜੀ ਕਿੰਨਾ ਨੂੰ ਦੂਰ ਕਰਨਾ ਹੈ? ਕੀ ਮੈਂ ਸਬਰ ਨੂੰ ਦੂਰ ਕਰਾਂ, ਸੰਤੋਖ ਨੂੰ ਦੂਰ ਕਰਾਂ? ਬਾਬਾ ਜੀ ਕਹਿੰਦੇ ਨਾ ਪਿਆਰਿਆ, ਉਹਨਾਂ ਚੀਜ਼ਾਂ ਨੂੰ ਦੂਰ ਕਰ ਜਿਹੜੀਆਂ ਚੀਜ਼ਾਂ ਆਉਣ ਦੇ ਨਾਲ ਤੇਰੇ ਅੰਦਰੋਂ ਸ਼ੁਭ ਗੁਣ ਮਰ ਜਾਂਦੇ ਨੇ, ਜਲ ਜਾਂਦੇ ਨੇ। ਜਲ ਨੂੰ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਜਿਸ ਜਿਸ ਚੀਜ਼ ਦੇ ਆਉਣ ਦੇ ਨਾਲ ਤੇਰੇ ਕੋਲੋਂ ਤੇਰਾ ਪਿਆਰਾ, ਤੇਰਾ ਗੁਰੂ, ਤੇਰਾ ਪ੍ਰਭੂ ਦੂਰ ਹੋ ਜਾਂਦਾ ਹੈ। ਭਾਗਾਂ ਵਾਲਿਓ ਸੱਚੀ ਗੱਲ ਹੈ, ਜੇ ਇਸ ਘਰ ਦੇ ਵਿੱਚ ਅਸੀਂ ਪ੍ਰਭੂ ਨਾ ਲੈ ਕੇ ਆਏ, ਗੁਰੂ ਨਾ ਲੈ ਕੇ ਆਏ, ਰੱਬ ਨਾ ਲੈ ਕੇ ਆਏ, ਮਤਾ ਸੋਚਿਓ ਸਾਡੇ ਧੀਆਂ ਪੁੱਤ ਸਾਨੂੰ ਪਾਣੀ ਦੀ ਘੁੱਟ ਵੀ ਪੁੱਛਣਗੇ? ਕਿਉਂਕਿ ਚੰਗੀਆਂ ਗੱਲਾਂ ਦੇ ਨਾਲ ਧੀਆਂ ਪੁੱਤਰਾਂ ਨੂੰ ਜੋੜਿਆ ਨਹੀਂ ਹੈ। ਮਾਪਿਆਂ ਨੇ ਕੇਵਲ ਤੇ ਕੇਵਲ ਆਪਣਾ ਇੱਥੋਂ ਤੱਕ ਮਕਸਦ ਸਮਝ ਲਿਆ ਹੈ, ਧੀਆਂ ਪੁੱਤ ਜੰਮ ਲੈਣੇ, ਸਕੂਲ ਪਾ ਦੇਣੇ ਨੇ, ਪੜ੍ਹ ਜਾਣਗੇ, ਨੌਕਰੀ ਲੱਭ ਦੇਣੀ ਹੈ, ਜੋ ਮੰਗਿਆ ਹੈ ਉਹ ਦੇ ਦੇਣਾ ਹੈ। ਜਿਹੜਾ ਬਾਪ ਜੇ ਬੱਚਾ 50 ਮੰਗਦਾ ਹੈ, 100 ਦਿੰਦਾ ਹੈ, ਮੁੜ ਹਿਸਾਬ ਨਹੀਂ ਨਾ ਲੈਂਦਾ, ਮਤਾ ਸੋਚਿਓ ਉਹ ਬੱਚੇ ਨੂੰ ਪੈਸੇ ਦੀ ਵਰਤੋਂ ਕਰਨੀ ਆਵੇਗੀ। ਹੁਣ ਪੈਸਾ ਦੇ ਦਿੱਤਾ ਹੈ, ਖੁੱਲਾ ਪੈਸਾ ਔਲਾਦ ਨੂੰ ਦਿੱਤਾ ਜਾ ਰਿਹਾ ਹੈ। ਅੱਜ ਔਲਾਦਾਂ ਵਿਗੜਨ ਦਾ ਕਾਰਨ ਇਹੀ ਹੈ ਨਾ, ਖੁੱਲਾ ਪੈਸਾ ਦਿੱਤਾ ਜਾ ਰਿਹਾ ਹੈ।
ਹਸਾਬ ਕੋਈ ਨਹੀਂ ਲੈ ਰਿਹਾ, ਤਵਾਰੀਖ ਦੇ ਪੰਨੇ ਗਵਾਣੇ। ਔਰੰਗਜ਼ੇਬ ਜਿਹੜਾ ਆਪਣੇ ਆਪ ਨੂੰ ਦੁਨੀਆਂ ਦਾ ਜੇਤੂ ਕਹਿੰਦਾ ਸੀ, ਮੈਂ ਜੇਤੂ ਆ, ਹੰਕਾਰਿਆ ਪਿਆ ਸੀ। ਬਾਗਾਂ ਵਾਲੇ ਉਹ ਅਖੀਰਲਾ ਸਮਾਂ ਆਇਆ ਹੈ, ਪੁੱਤਰ ਨੇ ਕਟਹਿਰੇ ਚ ਔਰੰਗਜ਼ੇਬ ਨੂੰ ਕਟਹਿਰੇ ਚ ਬੰਦ ਕਰ ਦਿੱਤਾ ਹੈ ਤੇ ਉਹਦੇ ਸਾਹਮਣੇ ਪਾਣੀ ਮੰਗਦਾ ਹੈ ਉਹ ਪਿਓ ਤੇ ਸਾਹਮਣੇ ਪਾਣੀ ਡੋਲ ਦਿੰਦਾ ਹੈ। ਆਹ ਹਾਲਾਤ ਸਾਡੇ ਬਣ ਜਾਣੇ ਨੇ ਜੇ ਅਸੀਂ ਧੀਆਂ ਪੁੱਤਰਾਂ ਨੂੰ ਚੰਗੇ ਸੰਸਕਾਰ ਨਾ ਦਿੱਤੇ, ਜੇ ਧੀਆਂ ਪੁੱਤਰਾਂ ਨੂੰ ਅੰਦਰ ਜਿਹੜੇ ਗੁਣ ਨੇ ਉਹ ਜੀਣੇ ਨਾ ਸਿਖਾਏ, ਜੇ ਧੀਆਂ ਪੁੱਤਰਾਂ ਨੂੰ ਦੱਸਿਆ ਨਾ ਪੈਸਾ ਆ ਗਿਆ ਹੈ ਇਹਦੀ ਵਰਤੋਂ ਕਿਵੇਂ ਕਰਨੀ ਹੈ। ਭਾਗਾਂ ਵਾਲਿਓ, ਗੁਰੂ ਅਮਰਦਾਸ ਜੀ ਦੇ ਵੇਲੇ ਨਾ ਭਾਈ ਪ੍ਰੇਮਿਆ ਨਾਂ ਦਾ ਇੱਕ ਵਿਅਕਤੀ ਹੋਇਆ ਹੈ। ਉਹਦਾ ਪਿਓ ਬੜਾ ਤਨਾਡ ਖੱਤਰੀ ਸੀ, ਲਾਹੌਰ ਦਾ ਰਹਿਣ ਵਾਲਾ ਸੀ, ਬੜਾ ਤਨਾਡ, ਬੜਾ ਖੁੱਲਾ ਪੈਸਾ। ਆਪ ਵੀ ਸਾਰੀ ਉਮਰ ਸ਼ਰਾਬਾਂ ਪੀਤੀਆਂ, ਪੁੱਠੇ ਕੰਮ ਕੀਤੇ ਤੇ ਇੱਕ ਦਿਨ ਐਸਾ ਆਇਆ, ਪ੍ਰੇਮਾ ਅਜੇ ਛੋਟਾ ਜਿਹਾ ਸੀ ਤੇ ਉਹਦਾ ਬਾਪ ਮਰ ਗਿਆ ਹੈ, ਇਸ ਦੁਨੀਆਂ ਤੋਂ ਚਲੇ ਗਿਆ ਹੈ। ਮਾਂ ਰਹਿ ਗਈ ਹੈ ਘਰ ਦੇ ਵਿੱਚ, ਸੰਗਤ ਗਲਤ ਸੀ, ਗਲਤ ਸੰਗਤ ਨੇ ਆ ਘੇਰਾ ਪਾਇਆ ਕਿਉਂਕਿ ਅੰਦਰ ਗਿਆਨ ਨਹੀਂ ਸੀ, ਗੁਰੂ ਨਹੀਂ ਸੀ। ਜਿਹੜੇ ਗੁਰੂ ਨੇ, ਜਿਹੜੇ ਗਿਆਨ ਨੇ ਦੱਸਣਾ ਸੀ ਭਾਈ ਸਿੱਧਾ ਰਸਤਾ ਕਿਹੜਾ ਹੈ ਤੇ ਪੁੱਠਾ ਰਸਤਾ ਕਿਹੜਾ ਹੈ, ਉਹ ਗੁਰੂ ਨਹੀਂ ਸੀ, ਅੰਦਰ ਗੱਲਾਂ ਨਹੀਂ ਸੀ ਕੀਤੀਆਂ ਉਸ ਗੁਰੂ ਦੇ ਨਾਲ। ਸ਼ਰਾਬ ਦਾ, ਨਸ਼ਿਆਂ ਦਾ ਆਦੀ ਹੋ ਗਿਆ ਹੈ, ਨਸ਼ਾ ਇੰਨਾ ਵੱਧ ਗਿਆ ਹੈ, ਇੰਨਾ ਵੱਧ ਗਿਆ ਹੈ, ਚੱਤੇ ਪੈਰ ਨਸ਼ਾ ਕਰੀ ਜਾਣਾ, ਸੁੱਧ ਬੁੱਧ ਨਹੀਂ ਰਹਿ ਗਈ ਤੇ ਅਖੀਰ ਉਹਨੂੰ ਕੋੜ ਦੀ ਬਿਮਾਰੀ ਨੇ ਆ ਘੇਰਾ ਪਾਇਆ ਹੈ, ਕੋੜ ਦੀ ਬਿਮਾਰੀ ਚਿੰਬੜ ਗਈ ਹੈ। ਭਾਗਾਂ ਵਾਲਿਓ, ਲੋਕਾਂ ਨੇ ਕੀ ਕੀਤਾ ਜਦੋਂ ਦੇਖਿਆ ਇਹ ਪ੍ਰੇਮਾ ਕੋੜ ਦਾ ਰੋਗੀ ਹੋ ਗਿਆ ਹੈ। ਜਿਹੜੇ ਦੋਸਤ ਮਿੱਤਰ ਜਦੋਂ ਪ੍ਰੇਮੇ ਕੋਲ ਪੈਸਾ ਸੀ ਤੇ ਆ ਕੇ ਟੁੱਕ ਟੁੱਕ ਕੇ ਉਹਦੇ ਲਾਗੇ ਬਹਿੰਦੇ ਸੀ ਨਾ, ਅੱਜ ਉਹ ਵੀ ਦੋਸਤ ਮਿੱਤਰ ਸਾਥ ਛੱਡ ਗਏ ਨੇ ਕਿਉਂਕਿ ਬਾਬੇ ਦੀ ਬਾਣੀ ਨੇ ਕਿਹਾ ਹੈ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਿੰਨਾ ਚਿਰ ਤੇਰੇ ਕੋਲ ਪੈਸਾ ਹੈ ਸਾਰੇ ਟੁੱਕ ਟੁੱਕ ਕੇ ਬਹਿਣਗੇ, ਕੋਲ ਆ ਕੇ ਬਹਿਣਗੇ, ਹਾਲ ਚਾਲ ਪੁੱਛਣਗੇ। ਜਿੱਦਣ ਪੈਸਾ ਖਤਮ ਹੋ ਗਿਆ, ਜਿੱਦਣ ਪੈਸਾ ਦੂਰ ਚਲਿਆ ਗਿਆ, ਸੱਚੀ ਗੱਲ ਹੈ ਗਵਾਂਢੀਆਂ ਦੇ ਘਰੋਂ ਚਲੇ ਜਾਣਗੇ ਪਰ ਤੇਰੇ ਘਰ ਨਹੀਂ ਆਉਣਗੇ। ਪਤਾ ਹੈ ਜੇ ਆਏ ਆ ਕੁਝ ਦੇ ਕੇ ਜਾਣਾ ਪੈਣਾ, ਕਿਤੇ ਕੋਈ ਕੁਝ ਮੰਗ ਨਾ ਲਵੇ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਤੂੰ ਆਪਣਾ ਮਿੱਤਰ ਸਮਝੀ ਬੈਠਾ ਹੈ ਨਾ, ਜਿਨ੍ਹਾਂ ਨਾਲ ਤੂੰ ਸੰਬੰਧ ਬਣਾਇਆ ਹੈ ਪਿਆਰਿਆ, ਇਹ ਓਨਾ ਚਿਰ ਹੈ ਜਿੰਨਾ ਚਿਰ ਤੇਰੇ ਕੋਲ ਚਾਰ ਪੈਸੇ ਨੇ। ਅੱਛਾ ਬਾਬਾ, ਜੇ ਇਹ ਝੂਠੇ ਮਿੱਤਰ ਨੇ ਫਿਰ ਬੰਦੇ ਨੂੰ ਸੱਚੇ ਮਿੱਤਰ ਦੀ ਵੀ ਤਾਂ ਤਲਾਸ਼ ਹੁੰਦੀ ਹੈ ਨਾ ਬਾਬਾ, ਫਿਰ ਸੱਚਾ ਮਿੱਤਰ ਕਿਹੜਾ ਹੈ। ਸਾਹਿਬ ਜੀ ਕਹਿੰਦੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਤੇਰੇ ਅਸਲ ਚ ਮਿੱਤਰ ਆਏ ਕਹਿੰਦੇ ਕਹਿਣ ਦੇ ਭਾਂਡੇ ਵਾਂਗੂ ਜਿਹੜੇ ਬਾਹਰੋਂ ਲਿਸ਼ਕੇ ਨੇ ਪਰ ਅੰਦਰੋਂ ਅੰਦਰ ਕਾਲਖ ਹੈ, ਕਹਿੰਦੇ ਉਹ ਤੇਰੇ ਅਸਲੀ ਮਿੱਤਰ ਨਹੀਂ ਹੈ। ਉੱਜਲ ਕਹਿਹਾਂ ਚਿਲਕਣਾ ਘੁੱਟਮ ਕਾਲੜੀ ਮਸ, ਤੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਕਹਿੰਦੇ ਉਹ ਨਹੀਂ ਹੈ ਅਸਲੀ ਮਿੱਤਰ ਜਿਨ੍ਹਾਂ ਨੇ, ਜਿਨ੍ਹਾਂ ਦਾ ਤੇਰੇ ਨਾਲ ਸੰਬੰਧ ਕੇਵਲ ਤੇ ਕੇਵਲ ਮਾਇਆ ਕਾਰਨ ਹੈ। ਹੁਣ ਪ੍ਰੇਮੇ ਨੂੰ ਸਾਰੇ ਸਾਥ ਛੱਡ ਕੇ ਨੇ, ਪਿੰਡ ਵਾਲਿਆਂ ਨੇ ਵੀ ਸੋਚਿਆ ਹੈ
ਕਿਉਂ ਨਾ ਹੋਵੇ ਪ੍ਰੇਮੇ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇ। ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਹੈ, ਗੁਰਸਿੱਖਾਂ ਨੂੰ ਬੇਨਤੀ ਕੀਤੀ ਹੈ, ਸੰਗਤ ਦੇ ਵਿੱਚ ਬੁਲਾਇਆ ਹੈ ਤੇ ਜਿਹੜਾ ਦਵਾਖਾਨਾ ਗੁਰੂ ਸਾਹਿਬ ਜੀ ਨੇ ਖੋਲਿਆ ਸੀ ਨਾ, ਭਾਈ ਲਾਲੋ ਨੂੰ ਹਦਾਇਤ ਕੀਤੀ ਹੈ ਇਸ ਦਵਾਖਾਨੇ ਦੇ ਵਿੱਚੋਂ ਜਿੰਨਾ ਵੀ ਪੈਸਾ ਲੱਗਦਾ ਹੈ ਲਾ ਕੇ ਪ੍ਰੇਮੇ ਦਾ ਇਲਾਜ ਕੀਤਾ ਜਾਵੇ, ਪ੍ਰੇਮੇ ਨੂੰ ਬਚਾਇਆ ਜਾਵੇ। ਭਾਗਾਂ ਵਾਲਿਓ, ਅੱਜ ਦੇ ਗੁਰਦੁਆਰਿਆਂ ਵਰਗੇ ਨਹੀਂ ਸਨ ਉਦੋਂ ਦੇ ਗੁਰਦੁਆਰੇ, ਉਦੋਂ ਦੀਆਂ ਧਰਮਸ਼ਾਲਾਵਾਂ ਅੱਜ ਦੇ ਗੁਰਦੁਆਰਿਆਂ ਵਰਗੀਆਂ ਨਹੀਂ ਸਨ। ਗੁਰਦੁਆਰੇ ਦੀ ਜੋਤ ਚ ਘਿਓ ਪਾਉਣਾ ਪੈਣਾ ਚਾਹੀਦਾ ਹੈ। ਜੇ ਨਾਲ ਲੱਗਦੀ ਕੰਧ ਦੇ ਨਾਲ ਕੋਈ ਭੈਣ ਦੀ ਡੈਥ ਹੋ ਗਈ ਹੈ, ਮੰਨ ਲਓ ਬੱਚਾ ਹੈ ਕੁੱਖ ਦੇ ਵਿੱਚ ਡੈਥ ਹੋ ਗਈ ਹੈ ਕਿ ਉਹਨੂੰ ਚੰਗੀ ਖੁਰਾਕ ਨਹੀਂ ਮਿਲੀ, ਗੁਰਦੁਆਰੇ ਦੀ ਜੋਤ ਚ ਘਿਓ ਜ਼ਰੂਰ ਪੈਣਾ ਚਾਹੀਦਾ ਹੈ, ਉਹ ਨਹੀਂ ਬੁਝਣੀ ਚਾਹੀਦੀ। ਭਾਵੇਂ ਕਿਸੇ ਦੇ ਘਰ ਚੋਂ ਜਿੰਨੇ ਮਰਜ਼ੀ ਪਰਿਵਾਰ ਦੇ ਮੈਂਬਰ ਚੰਗੀ ਖੁਰਾਕ ਨਾ ਖਾਣ ਕਾਰਨ ਮਰ ਜਾਣ, ਅੱਜ ਹਾਲਾਤ ਸਾਡੇ ਇਹ ਬਣਾ ਦਿੱਤੇ ਨੇ ਧਾਰਮਿਕ ਪੁਜਾਰੀਆਂ ਨੇ। ਹੁਣ ਦਵਾਖਾਨੇ ਦੇ ਵਿੱਚੋਂ ਇਲਾਜ ਸ਼ੁਰੂ ਹੋਇਆ ਹੈ, ਜਿੰਨਾ ਵੀ ਪੈਸਾ ਲੱਗਿਆ ਹੈ ਗੁਰੂ ਦੀ ਗੋਲਕ ਦੇ ਵਿੱਚੋਂ ਗਿਆ ਹੈ। ਤੇ ਇੱਕ ਦਿਨ ਐਸਾ ਆਇਆ ਸਹਿਜੇ ਸਹਿਜੇ ਪ੍ਰੇਮਾ ਠੀਕ ਹੋਣਾ ਸ਼ੁਰੂ ਹੋ ਗਿਆ ਹੈ। ਬਾਗਾਂ ਵਾਲਿਓ, ਸੰਗਤ ਦੇ ਵਿੱਚ ਆ ਕੇ ਠੀਕ ਵੀ ਉਹੀ ਹੁੰਦਾ ਹੈ ਜਿਹੜਾ ਮਨ ਕਰਕੇ ਠੀਕ ਹੋਣ ਆਇਆ ਹੈ, ਨਹੀਂ ਤੇ ਮਨ ਲੈਂਦਾ ਹੈ ਬੰਦਾ ਇੱਥੇ ਆ ਕੇ ਗਲਤੀਆਂ, ਬਾਬਾ ਆ ਗਲਤੀ ਹੈ ਆ ਗਲਤੀ ਹੈ। ਪਰ ਸਾਹਿਬ ਜੀ ਕਹਿੰਦੇ ਉਹਨੂੰ ਪ੍ਰੈਕਟੀਕਲੀ ਲਾਈਫ 'ਚ ਲਿਆਉਣ ਲਈ ਕੋਈ ਤਿਆਰ ਨਹੀਂ। ਮਨ ਲੈਂਦਾ ਹੈ, ਸਲਾਮ ਕਰ ਦਿੰਦਾ ਹੈ, ਪਰ ਬਾਬੇ ਨੂੰ ਜਵਾਬ ਵੀ ਦੇ ਜਾਂਦਾ, ਬਾਬਾ ਮੰਨਣੀ ਨਹੀਂ ਬਸ ਇੱਥੇ ਰਹਿਣ ਦੇ, ਸਲਾਮ ਜਵਾਬ ਦੋਵੇਂ ਕਰੇ, ਇੱਕੇ ਵਾਰੀ ਕਰ ਜਾਂਦਾ ਹੈ। ਬਾਬਾ ਤੈਨੂੰ ਸਲਾਮ ਹੈ, ਜੋ ਤੂੰ ਕਹਿ ਰਿਹਾ ਉਹਨੂੰ ਜਵਾਬ ਵੀ ਹੈ, ਮੈਂ ਨਹੀਂ ਮੰਨਣੀ। ਬਾਬਾ ਇਹ ਤਾਂ ਮੰਨਣ ਵਾਸਤੇ ਜਿਨ੍ਹਾਂ ਨੇ ਗਾਤਰੇ ਪਾਏ ਹੈ, ਜਿਹੜੇ ਗੁਰਦੁਆਰੇ ਰਹਿੰਦੇ ਹੈ ਇਹ ਉਹਨਾਂ ਵਾਸਤੇ ਆ। ਨਾ ਭਾਗਾਂ ਵਾਲੇ, ਗੁਰਬਾਣੀ ਸਾਨੂੰ ਸਾਰਿਆਂ ਨੂੰ ਗਿਆਨ ਦਿੰਦੀ ਹੈ। ਸਾਹਿਬ ਦੀ ਬਾਣੀ ਦਾ ਬਚਨ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਉਹ ਜਿਹੜੇ ਹਿਰਦੇ ਦੇ ਵਿੱਚ ਲਾਈਟਾਂ ਬੁਝੀਆਂ ਹੋਈਆਂ ਨੇ, ਹੈ ਸਭ ਕੁਝ ਅੰਦਰ ਹੈ, ਸਬਰ ਵੀ ਅੰਦਰ ਹੈ, ਸੰਤੋਖ ਵੀ ਅੰਦਰ ਹੈ। ਜਿਵੇਂ ਘਰ ਦੇ ਵਿੱਚ ਸਮਾਨ ਸਾਰਾ ਹੋਵੇ ਤੇ ਬੱਤੀ ਗਈ ਤੋਂ ਦਿਸਦਾ ਨਹੀਂ ਹੈ, ਪਤਾ ਨਹੀਂ ਲੱਗਦਾ ਬੰਦੇ ਨੇ ਬੈਠਣਾ ਕਿੱਥੇ ਹੈ ਸੌਣਾ ਕਿੱਥੇ ਹੈ। ਸਾਹਿਬ ਜੀ ਕਹਿੰਦੇ ਪਿਆਰਿਆ, ਏਦਾਂ ਅੰਦਰੋਂ ਤੇਰੀ ਲੈਟ ਗਈ ਹੈ। ਗੁਰਬਾਣੀ ਇਸ ਜਗ ਮੈਂ ਚੰਨ, ਲੈਟ ਜਗਾ। ਜਿਵੇਂ ਬੱਤੀ ਚਲੇ ਜਾਂਦੀ ਹੈ, ਹੁਣ ਬੰਦਾ ਮੋਬਾਈਲ ਦਾ ਸਹਾਰਾ ਲੈ ਲੈਂਦਾ ਹੈ, ਪਹਿਲਾਂ ਦੀਵੇ ਮੋਮਬੱਤੀਆਂ ਦਾ ਲੈਂਦਾ ਸੀ, ਟੋਰਚ ਦਾ ਸਹਾਰਾ ਲੈ ਲੈਂਦਾ ਹੈ, ਜਾਂ ਇਨਵੈਟਰ ਹੈ ਉਹਦਾ ਸਹਾਰਾ ਲੈ ਲੈਂਦਾ ਹੈ। ਸਾਹਿਬ ਜੀ ਕਹਿੰਦੇ ਇਹ ਹੈ ਬਾਹਰੀ ਘਰ ਨੂੰ ਰਿਸ਼ਨਾਉਣ ਦੀ ਗੱਲ, ਜਗਾਉਣ ਦੀ ਗੱਲ, ਜਗਮਗ ਕਰ ਰਿਹਾ ਹੈ ਬਾਹਰੀ ਘਰ। ਕਹਿੰਦੇ ਅੰਦਰਲਾ ਘਰ ਪਿਆਰਿਆ ਜਗਮਗ ਉਦੋਂ ਕਰੇਗਾ ਜਦੋਂ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਜਦੋਂ ਤੇਰੀ ਤੇਰੀ ਜ਼ਿੰਦਗੀ ਚੋਂ ਗੁਰੂ ਝਲਕੇਗਾ, ਜਦੋਂ ਤੇਰੀ ਪ੍ਰੈਕਟੀਕਲੀ ਲਾਈਫ ਚੋਂ ਗੁਰੂ ਦੇ ਦਰਸ਼ਨ ਹੋਣਗੇ, ਜਦੋਂ ਇਹਨਾਂ ਹੱਥਾਂ ਨਾਲ ਕੁਝ ਚੰਗਾ ਕਰੇਗਾ, ਇਹਨਾਂ ਇਹਨਾਂ ਅੱਖਾਂ ਨਾਲ ਕੁਝ ਚੰਗਾ ਵੇਖੇਗਾ, ਇਹਨਾਂ ਇਹਨਾਂ ਕੰਨਾਂ ਨਾਲ ਕੁਝ ਚੰਗਾ ਸੁਣੇਗਾ। ਸਾਹਿਬ ਜੀ ਕਹਿੰਦੇ ਪਿਆਰਿਆ, ਜੇ ਸੁਣ ਲੈਣਾ ਹੈ ਮੰਨਦਾ ਨਹੀਂ ਹੈ, ਸਭ ਕੁਝ ਕੂੜ ਹੈ, ਸੱਚ ਨਹੀਂ ਹੈ। ਇਹ ਸੱਚ ਦੇ ਨਾਲ ਸੰਬੰਧ ਬਣਾ ਤਾਂ
ਤੇਰੀ ਜ਼ਿੰਦਗੀ ਦੇ ਵਿੱਚ ਸੁਧਾਰ ਹੋਣਾ ਹੈ। ਪਾਗਾਂ ਵਾਲਿਓ, ਸਾਹਿਬ ਜੀ ਨੇ ਬਚਨ ਕੀਤਾ ਹੈ, ਕਹਿੰਦੇ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤੋ ਆਪਣੀ ਲਹੇ। ਪਿਆਰਿਓ, ਜਿਵੇਂ ਬਾਹਰੀ ਘਰ ਹੈ, ਬਾਹਰੀ ਘਰ ਚ ਮੰਨ ਲਓ ਬੰਦਾ ਸੌਂ ਗਿਆ ਹੈ, ਰਾਤ ਨੂੰ ਚੋਰ ਆਉਂਦੇ ਆ, ਬੰਦਾ ਬੜੀ ਬੇਸੁਰਤੀ ਨਾਲ ਸੁੱਤਾ ਹੈ, ਰਾਤ ਨੂੰ ਚੋਰ ਆਉਂਦੇ ਆ, ਲੁੱਟ ਕੇ ਵੀ ਲੈ ਜਾਂਦੇ ਆ ਤੇ ਕੁੱਟ ਕੇ ਵੀ ਲੈ ਜਾਂਦੇ ਆ। ਆ ਵਾਰਦਾਤਾਂ ਅਸੀਂ ਬੜੀ ਵਾਰਾਂ ਸੁਣੀਆਂ ਆਉਣਗੀਆਂ। ਘਰੇ ਆਏ, ਜਿੱਥੇ ਕੀਮਤੀ ਸਮਾਨ ਲੈ ਗਏ ਉੱਥੇ ਇੱਕ ਅੱਧੇ ਜੀ ਨੂੰ ਕੁੱਟ ਕੇ ਵੀ ਗਏ, ਗੋਲੀ ਵੀ ਮਾਰ ਗਏ। ਸਾਹਿਬ ਜੀ ਦੀ ਬਾਣੀ ਦਾ ਬੜਾ ਪਿਆਰਾ ਵਚਨ ਹੈ। ਸਾਹਿਬ ਜੀ ਕਹਿੰਦੇ ਪਿਆਰੇ ਆ, ਏਦਾਂ ਅੰਦਰ ਵੀ ਚੋਰ ਆਉਂਦੇ ਨੇ, ਠੱਗ ਆਉਂਦੇ ਨੇ ਚੋਰੀ ਕਰਨ। ਅੱਛਾ ਬਾਬਾ, ਬਾਹਰੀ ਠੱਗਾਂ ਤੋਂ ਤਾਂ ਬਚਿਆ ਜਾ ਸਕਦਾ ਹੈ, ਬੰਦਾ ਕੈਮਰੇ ਲਵਾ ਲਏ, ਪਿਸਟਲ ਰੱਖ ਲਏ, ਜੋ ਮੌਜੂਦਾ ਹਥਿਆਰ ਹੈ ਉਹ ਰੱਖ ਲਏ, ਪਰ ਬਾਬਾ ਅੰਦਰ ਵੀ ਠੱਗਣ ਨੂੰ ਕੋਈ ਆਉਂਦਾ ਹੈ? ਸਾਹਿਬ ਜੀ ਕਹਿੰਦੇ ਪਿਆਰੇ ਆ, ਬਿਲਕੁਲ ਆਉਂਦਾ ਹੈ। ਬਾਬਾ ਕੌਣ ਹੈ? ਕਹਿੰਦੇ ਅਵਰ ਪੰਚ ਹਮ ਏਕ ਜਨਾ, ਦਾਤਾ ਉਹ ਪੰਜ ਹੈ ਤੇ ਮੈਂ ਏਕਾਂ। ਅੱਛਾ, ਹੁਣ ਭਾਗਾਂ ਵਾਲਿਓ, ਕੱਲੇ ਬੰਦੇ ਨੂੰ ਪੰਜ ਜਾਣੇ ਟੱਕਰ ਜਾਣ, ਜਿੱਥੇ ਉਹਨੂੰ ਉਹਦਾ ਸਮਾਨ ਲੁੱਟਣਗੇ। ਮੰਨ ਲਓ ਚੈਨੀ ਪਾਈ ਹੈ, ਸੋਹਣਾ ਮੋਬਾਈਲ ਹੈ, ਮੋਟਰਸਾਈਕਲ ਹੈ, ਗੱਡੀ ਹੈ, ਚਲੋ ਲੁੱਟ ਕੇ ਲੈ ਗਏ ਤੇ ਗੱਲ ਕੋਈ ਨਹੀਂ ਹੈ। ਬੰਦਾ ਜੇ ਜਿਉਂਦਾ ਹੈ, ਜੇ ਬੰਦਾ ਸਹੀ ਸਲਾਮਤ ਹੈ ਤੇ ਫਿਰ ਸਭ ਕੁਝ ਬਣਾ ਲਵੇਗਾ। ਜੇ ਲੁੱਟਣ ਦੇ ਨਾਲ ਨਾਲ ਕੁੱਟ ਕੇ ਵੀ ਜਾਣ, ਸੱਟਾਂ ਵੀ ਲਾ ਕੇ ਜਾਣ, ਗੱਲ ਜੱਚਦੀ ਤਾਂ ਨਹੀਂ ਨਾ? ਸਾਹਿਬ ਜੀ ਕਹਿੰਦੇ ਅਵਰ ਪੰਚ ਹਮ ਏਕ ਜਣਾ, ਕਿਉਂ ਰਾਖੂ ਕਰ ਬਾਹਰ ਮਨਾ। ਦਾਤਾ ਕਿਵੇਂ ਰੱਖਾਂ ਮੈਂ ਆਪਣੇ ਘਰ ਨੂੰ ਤੇ ਆਪਣੇ ਬਾਹਰ ਨੂੰ ਸੰਭਾਲ ਕੇ? ਮਾਰੇ ਲੁੱਟੇ ਨੀਤ ਨੀਤ, ਕਹਿੰਦੇ ਮਾਰਦੇ ਵੀ ਹੈ, ਮਾਰਨ ਦੇ ਨਾਲ ਨਾਲ ਲੁੱਟਦੇ ਵੀ ਹੈ। ਕਿਸ ਆਗੇ ਕਰੀ ਪੁਕਾਰ ਜਣਾ, ਐ ਦਾਤਾਰ ਪਿਤਾ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਮੈਂ ਕਿਹਦੇ ਅੱਗੇ ਜੋਦੜੀ ਕਰਾਂ ਜਿਹੜਾ ਮੇਰੇ ਇਹਨਾਂ ਗੱਲਾਂ ਨੂੰ ਸੁਣੇ। ਸਾਹਿਬ ਜੀ ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ, ਐ ਮੇਰਿਆ ਮਨਾ ਉਸ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਚ ਟਿਕਾ ਲੈ, ਜਿਹੜੇ ਰਾਮ ਦੇ ਨਾਮ ਨੂੰ ਤੂੰ ਘਰੋਂ ਬਾਹਰ ਕੱਢ ਕੇ ਬੈਠਾ ਹੈ। ਪਾਗਾਂ ਵਾਲਿਓ, ਉਹ ਘਰ ਨੂੰ ਲੁੱਟਣ ਤੋਂ ਕੋਈ ਨਹੀਂ ਬਚਾ ਸਕਦਾ ਜਿਹੜੇ ਘਰ ਦੇ ਵਿੱਚ ਮਾਲਕ ਕਰੇ ਨਾ ਹੋਵੇ। ਅਕਸਰ ਹੀ ਉਹ ਘਰ ਲੁੱਟੇ ਜਾਂਦੇ ਨੇ, ਕੁੱਟੇ ਜਾਂਦੇ ਨੇ, ਜਿਨ੍ਹਾਂ ਘਰਾਂ ਦੇ ਵਿੱਚੋਂ ਮਾਲਕ ਕਿਤੇ ਦੂਰ ਗਿਆ ਹੋਇਆ ਹੈ। ਪਾਗਾਂ ਵਾਲਿਓ, ਏਦਾਂ ਹਿਰਦੇ ਰੂਪੀ ਘਰ ਹੈ। ਜੇ ਅੱਜ ਲੁੱਟਿਆ ਗਿਆ ਹੈ, ਅੱਜ ਕੁੱਟਿਆ ਗਿਆ ਹੈ, ਇਹਦਾ ਇੱਕੋ ਇੱਕ ਮਤਲਬ ਹੈ, ਜਿਹਦੀ ਘਰ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਸੀ ਅੱਜ ਉਹ ਘਰ ਦੇ ਵਿੱਚ ਨਹੀਂ ਹੈ। ਲੁੱਟਣੋਂ ਕੌਣ ਬਚਾਵੇ, ਜਗਾਉਣਾ ਸੀ ਜਿਹਨੇ ਭਾਈ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ, ਜਾਗਣਾ ਜਾਗ ਭਾਈ ਜਾਗ, ਹਰੀ ਦੀ ਕੀਰਤੀ ਕਰ, ਤੇ ਹਰੀ ਦੀ ਕੀਰਤੀ ਕਰਨੀ ਕਿਵੇਂ ਹੈ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਆ ਚਿੱਤ ਨਿਰੰਜਨ ਨਾਲ ਜੋੜ ਕੇ ਰੱਖਣਾ ਸੀ, ਪਰ ਮਾਫ ਕਰਿਓ ਇਹ ਚਿੱਤ ਕਿਸੇ ਹੋਰ ਨਾਲ ਜੁੜ ਗਿਆ ਹੈ, ਇਹ ਚਿੱਤ ਦੀਆਂ ਲਗਾਮਾਂ ਕਿਸੇ ਹੋਰ ਨੂੰ ਫੜਾ ਦਿੱਤੀਆਂ ਹੈ, ਕਿਸੇ ਨੇ ਕਿਸੇ ਬਾਬੇ ਨੂੰ ਫੜਾ ਦਿੱਤੀਆਂ, ਕਿਸੇ ਨੇ ਕਿਸੇ ਕਬਰ ਨੂੰ ਫੜਾ ਦਿੱਤੀਆਂ ਹੈ।
ਸਾਰਿਆਂ ਨੇ ਆਪਣੇ ਚਿੱਤ ਦੀਆਂ ਲਗਾਵਾਂ ਕਿਸੇ ਹੋਰ ਦੇ ਹੱਥ ਕੀਤੀਆਂ, ਉਹ ਵੀ ਉਹਦੇ ਹੱਥ ਕਰ ਦਿੱਤੀਆਂ ਜਿਹੜਾ ਖੂਬ ਲੁੱਟ ਰਿਹਾ ਹੈ, ਜਿਹੜਾ ਖੂਬ ਮਾਰ ਰਿਹਾ ਹੈ, ਘਾਣ ਕਰ ਰਿਹਾ ਹੈ ਦੁਨੀਆਂ ਦਾ। ਸਾਹਿਬ ਜੀ ਕਹਿੰਦੇ ਪਿਆਰਿਆ ਏਦਾਂ ਨਾ ਕਰ। ਸਾਹਿਬ ਜੀ ਮੇਰੇ ਘਰ ਦੇ ਵਿੱਚ ਕੌਣ ਹੈ ਜਿਹਨੂੰ ਮੈਂ ਲੁੱਟਣ ਤੋਂ ਬਚਾਉਣਾ ਹੈ? ਸਾਹਿਬ ਜੀ ਦਾ ਬਚਨ ਹੈ ਨਾ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਜੇ ਕੋਈ ਇਸ ਘਰ ਦੇ ਵਿੱਚ ਜਾਗਦਾ ਰਹੇ ਉਹ ਆਪਣੇ ਘਰ ਦੇ ਮੈਂਬਰਾਂ ਨੂੰ ਬਚਾ ਸਕਦਾ ਹੈ। ਜਿਵੇਂ ਬਾਹਰੀ ਘਰ ਹੈ ਉਹਦੇ ਵਿੱਚ ਮਾਂ ਹੋਵੇਗੀ, ਬਾਪ ਹੋਵੇਗਾ, ਬੱਚੇ ਹੋਣਗੇ, ਪਤਨੀ ਹੋਵੇਗੀ, ਦਾਦੀ ਦਾਦਾ। ਸਾਹਿਬ ਜੀ ਕੀ ਮੇਰੇ ਘਰ ਦੇ ਅੰਦਰ ਵੀ ਕੋਈ ਮੈਂਬਰ ਨੇ? ਸਾਹਿਬ ਜੀ ਕਹਿੰਦੇ ਬਿਲਕੁਲ ਪਿਆਰਿਆ, ਤੇਰੇ ਘਰ 'ਚ ਵੀ ਮੈਂਬਰ ਨੇ। ਕਿਹੜੇ ਬਾਬਾ? ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਆ ਮੈਂਬਰ ਸੌਂ ਗਏ ਤੇਰੇ। ਕਹਿੰਦੇ ਪਰਾਇਆ ਦੇਖਣ 'ਚ ਸੁੱਤੇ ਪਏ ਹੈ, ਇਹਨਾਂ ਨੂੰ ਨੀਂਦ ਆ ਗਈ ਹੈ, ਬਾਹਰੀ ਤੌਰ ਤੇ ਜਾਗ ਰਹੇ ਨੇ ਪਰ ਅੰਦਰੂਨੀ ਤੌਰ ਤੇ ਕੋਈ ਸੁੱਧ ਬੁੱਧ ਨਹੀਂ ਰਹੀ, ਪਰਾਇਆ ਹੱਕ ਖਾ ਰਹੇ ਨੇ। ਇੱਕ ਹੈ ਤਨਖਾਹ ਮਿਲਦੀ ਹੈ, ਸ਼ੁਕਰ ਹੈ ਦਾਤਿਆ, ਇੱਕ ਹੈ ਉੱਤੋਂ ਕਿੰਨੇ ਬਣਦੇ ਨੇ। ਸਾਹਿਬ ਜੀ ਕਹਿੰਦੇ ਇਹ ਵੀ ਪਰਾਇਆ ਦੇਖਣਾ ਹੈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਕਹਿੰਦੇ ਤੇਰੀਆਂ ਅੱਖਾਂ 'ਚ ਵਿਕਾਰ ਪੈਦਾ ਹੋ ਗਏ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ। ਕਹਿੰਦੇ ਆਹ ਜਿਹੜੇ ਕੰਨ ਹੈ ਨਾ, ਬੜੇ ਮਸਤ ਹੁੰਦੇ ਨੇ ਜਦੋਂ ਜਦੋਂ ਕਿਸੇ ਦੀ ਛੋਟੀ ਜਿਹੀ ਗੱਲ ਨੂੰ ਵੱਡੀ ਬਣਾ ਕੇ ਪੇਸ਼ ਕਰਦੇ ਨੇ, ਬੜੇ ਚਸਕਿਆਂ ਦੇ ਨਾਲ ਸੁਣਦਾ ਹੈ ਆਹ ਜਿਹੜੇ ਕੰਨ ਹੈ। ਤੇ ਜਦੋਂ ਇਹਨਾਂ ਕੰਨਾਂ ਨੂੰ ਗੁਰੂ ਦੀ ਬਾਣੀ ਸੁਣਨੀ ਪੈ ਜਾਵੇ, ਕਹਿੰਦੇ ਉਦੋਂ ਵਲੇਟੇ ਜਾਂਦੇ ਨੇ, ਕੋਈ ਪਤਾ ਨਹੀਂ ਲੱਗਦਾ ਕੌਣ ਕੀ ਕਹਿ ਰਿਹਾ ਹੈ, ਗੁਰੂ ਦੀ ਬਾਣੀ ਕੀ ਕਹਿ ਰਹੀ ਹੈ। ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਕਹਿੰਦੇ ਇਹ ਸੌਂ ਗਏ ਨੇ। ਪਾਗਾਂ ਵਾਲਿਓ, ਕਈਆਂ ਦੇ ਕੰਨ ਇਸ ਤਰ੍ਹਾਂ ਸੌਂ ਗਏ ਨੇ, ਹੁਣ ਪੁੱਤ ਧੀ ਦਾ ਰਿਸ਼ਤਾ ਜੋੜਨਾ ਹੈ, ਇਹ ਨਹੀਂ ਦੇਖ ਰਹੇ ਜਿਸ ਘਰ ਦੇ ਵਿੱਚ ਰਿਸ਼ਤਾ ਜੋੜ ਰਹੇ ਹੈ ਕਿ ਵਾਕਿਆ ਹੀ ਉਹ ਪੁੱਤ ਬਣ ਕੇ ਦਿਖਾਵੇਗਾ, ਕੀ ਵਾਕਿਆ ਹੀ ਉਹ ਧੀ ਬਣ ਕੇ ਦਿਖਾਵੇਗੀ। ਰਿਸ਼ਤਾ ਜੋੜਨ ਵੇਲੇ ਸਿਰਫ ਤੇ ਸਿਰਫ ਇਹ ਗੱਲਾਂ ਕੁੜੀ ਵਾਲੇ ਦੇਖਦੇ ਨੇ, ਮੁੰਡੇ ਨੂੰ ਪੈਲੀ ਕਿੰਨੀ ਹੈ, ਨੌਕਰੀ ਕੀ ਕਰਦਾ ਹੈ, ਤੇ ਮੁੰਡੇ ਵਾਲੇ ਦੇਖਦੇ ਨੇ ਦਾਜ ਕਿੰਨਾ ਕੁ ਆਵੇਗਾ। ਅਸਲ 'ਚ ਸ਼ੋਭਾ ਤੇ ਦਾਜ ਨਾਲ ਹੀ ਹੋਣੀ ਹੈ ਨਾ, ਸਾਡਾ ਤਾਂ ਨੱਕ ਤਾਂ ਹੀ ਸ਼ਰੀਕੇ 'ਚ ਰਹਿੰਦਾ ਹੈ ਨਾ। ਪਾਗਾਂ ਵਾਲਿਓ, ਮੈਨੂੰ ਮਾਫ ਕਰਿਆ ਜੇ ਕਈ ਜਗ੍ਹਾ ਤੇ ਨਾ ਕੁੜੀ ਜਾਂ ਮੁੰਡੇ ਦੇ ਮਾਂ ਬਾਪ ਗਲਤ ਨਹੀਂ ਹੁੰਦੇ, ਜਿਹੜਾ ਵਿੱਚ ਵਿਚੋਲਾ ਹੁੰਦਾ ਹੈ ਨਾ ਉਹਨੂੰ ਪਤਾ ਹੈ ਮੇਰੀ ਸਵੇਰੇ ਉਂਗਲ ਖੱਟੀ ਹੋਣੀ ਹੈ ਜਾਂ ਹੱਥ ਖੱਟਾ ਹੋਣਾ ਹੈ, ਫਿਰ ਉਹ ਕੁਫਰ ਤੋਲਦਾ ਹੈ, ਉਹ ਕੁਫਰ ਤੋਲਦਾ ਇੱਕ ਦੂਜੇ ਦੇ ਦਰਾੜਾਂ ਪੈਦਾ ਕਰ ਦਿੰਦੇ ਨੇ। ਪਤਾ ਹੈ ਵਿਚੋਲੇ ਨੂੰ ਪੈਲਸ 'ਚ ਸ਼ਗਨ ਲੱਗਣਾ ਹੈ, ਘਰ 'ਚ ਲੱਗਣਾ ਹੈ, ਕਿੱਦਾਂ ਪਤਾ ਲੱਗੇਗਾ ਕਿ ਆਹ ਵਿਚੋਲਾ ਹੈ, ਇੰਨਾ ਦਾਜ ਆਇਆ ਹੈ, ਫਿਰ ਹੀ ਕੋਈ ਮੈਨੂੰ ਅਗਲਾ ਰਿਸ਼ਤਾ ਕਰਾਉਣ ਲਈ ਕਹੇਗਾ ਨਾ। ਜੇ ਅੱਜ ਮੈਂ ਕੁੜੀ ਸੱਖਣੀ ਲੈ ਆਉਂਦੀ, ਕਿੰਨੇ ਮੈਨੂੰ ਫਿਰ ਕਹਿਣਾ ਹੈ ਕਿ ਮੈਨੂੰ ਦੂਜਾ ਰਿਸ਼ਤਾ ਵੀ ਦਿੱਤਾ ਜਾਵੇ। ਪਾਗਾਂ ਵਾਲਿਓ, ਇਹ ਸਭ ਕੁਝ ਝੂਠ ਹੈ, ਕੂੜ ਹੈ, ਜਿਹਨੂੰ ਸਾਹਿਬ ਦੀ ਬਾਣੀ ਨੇ ਕਿਹਾ ਹੈ ਨਾ, ਜਿੰਨਾ ਅੰਦਰ ਕੂੜ ਵਰਤੈ
ਸੱਚ ਨਾ ਭਾਵਈ। ਕਹਿੰਦੇ ਜਿਨ੍ਹਾਂ ਦੇ ਅੰਦਰ ਕੂੜ ਹੈ, ਝੂਠ ਹੈ, ਜਿਨ੍ਹਾਂ ਨੇ ਸੰਬੰਧ ਝੂਠ ਨਾ ਬਣਾਇਆ ਹੈ, ਮਾਂ ਬਾਪ ਨੇ ਕੰਨ ਲਵੇਟ ਲੈਣੇ, ਕੰਨ ਸੁਆ ਲੈਣੇ, ਸ਼੍ਰਵਣ ਸੋਏ ਸੁਣ, ਨਿੰਦ ਵਿਚਾਰ ਦੂਜੇ ਤੇ ਜ਼ਿਆਦਾ ਯਕੀਨ ਕਰ ਕੇ, ਸ਼ਾਇਦ ਇਹ ਠੀਕ ਕਹਿ ਰਿਹਾ ਹੈ। ਸਾਹਿਬ ਜੀ ਕਹਿੰਦੇ ਗਲਤ ਹੈ। ਪਿਆਰੇ ਆ, ਜੇ ਤੂੰ ਕਿਸੇ ਤੇ ਵਿਸ਼ਵਾਸ ਕਰੇਗਾ, ਲੁੱਟਿਆ ਵੀ ਜਾਵੇਗਾ ਤੇ ਕੁੱਟਿਆ ਵੀ ਜਾਵੇਗਾ, ਕਹਿੰਦੇ ਕੋਈ ਨਹੀਂ ਬਚਾ ਸਕਦਾ। ਮੈਂ ਇੱਕ ਹੋਰ ਬੇਨਤੀ ਕਰਦੀ ਜਾਵਾਂ, ਅਕਸਰ ਹੀ ਨਾ ਸਾਡੇ ਪੰਜਾਬ ਨੂੰ ਇਹ ਕਿਹਾ ਜਾਂਦਾ ਹੈ, ਭਾਈ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ, ਅੱਜ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਨੂੰ ਭੱਜ ਜਾਣਾ ਇਸ ਗੱਲ ਤੇ ਚਿੰਤਾ ਖੜੀ ਕਰ ਰਿਹਾ ਹੈ। ਭਾਈ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ, ਗੰਦ ਇੰਨਾ ਪੈ ਗਿਆ ਹੈ, ਕਰਪਸ਼ਨ ਵੱਧ ਗਈ ਹੈ, ਰਿਸ਼ਵਤਖੋਰੀ ਵੱਧ ਗਈ ਹੈ। ਜਿਨ੍ਹਾਂ ਨੂੰ ਕੁਰਸੀਆਂ ਮਿਲ ਗਈਆਂ ਉਹਨਾਂ ਨੇ ਕੁਰਸੀਆਂ ਦੀ ਗਲਤ ਵਰਤੋਂ ਸ਼ੁਰੂ ਕਰ ਦਿੱਤੀ ਹੈ। ਅੱਛਾ, ਚਾਹੀਦਾ ਤਾਂ ਇਹ ਸੀ ਜਿਵੇਂ, ਕਿਉਂਕਿ ਆਪਾਂ ਹਰੇਕ ਗੱਲ ਬਾਬੇ ਨੂੰ ਪੁੱਛਣੀ ਹੈ ਤੇ ਇਤਿਹਾਸ ਦੀ ਅਗਵਾਈ ਲੈਣੀ ਹੈ, ਚਾਹੀਦਾ ਤਾਂ ਇਹ ਸੀ ਕੁਰਸੀ ਮਿਲ ਗਈ ਹੈ, ਮੈਂ ਕੁਝ ਚੰਗਾ ਕਰਾਂ। ਹੁਣ ਡਾਕਟਰ ਨੂੰ ਕੁਰਸੀ ਮਿਲ ਗਈ ਹੈ, ਡਾਕਟਰ ਦਾ ਕੰਮ ਹੈ ਭਾਈ, ਤੈਨੂੰ ਦੁਨੀਆਂ ਦੇ ਲੋਕ ਰੱਬ ਦਾ ਰੂਪ ਕਹਿੰਦੇ ਨੇ, ਬੜੇ ਬੜੇ ਚੰਗੇ ਡਾਕਟਰ ਵੀ ਨੇ, ਪਰ ਮਾਫ ਕਰਿਓ ਜ਼ਿਆਦਾਤਰ ਜਲਾਦ ਬਣੇ ਬੈਠੇ ਨੇ, ਸਰਕਾਰੀ ਹਸਪੀਟਲਾਂ ਵਿੱਚ ਨੇ ਤੇ ਤੁਹਾਡੇ ਤੋਂ ਵੱਡੇ ਓਪਰੇਸ਼ਨ ਦੀ ਫੀਸ 60,000 ਮੰਗਣਗੇ, ਤੇ ਜਿੱਥੇ ਪ੍ਰਾਈਵੇਟ ਬੈਂਦੇ ਨੇ ਕਹਿੰਦੇ ਆ ਜਾਓ 7,00,000 ਜਮ੍ਹਾਂ ਕਰਵਾ ਦਿਓ, ਬਸ ਤੁਹਾਡੇ ਪਰਿਵਾਰਕ ਮੈਂਬਰ ਦੀ ਜਾਨ ਬਚੇ ਜਾਂ ਨਾ ਬਚੇ ਸਾਨੂੰ ਪੈਸਾ ਚਾਹੀਦਾ, ਜਲਾਦ ਵੀ ਬੈਠੇ ਨੇ। ਸਾਹਿਬ ਜੀ ਕਹਿੰਦੇ ਪਿਆਰੇ ਆ, ਇਹਨਾਂ ਤੋਂ ਬਚ, ਬਚੇਗਾ ਤਾਂ ਜੇ ਤੇਰੇ ਅੰਦਰ ਗਿਆਨ ਹੋਵੇਗਾ। ਪਾਗਾਂ ਵਾਲਿਓ, ਕਿੰਨੀਆਂ ਕੁਰਸੀਆਂ ਮਿਲੀਆਂ ਨੇ ਰਾਜਨੀਤਿਕ ਆਗੂਆਂ ਨੂੰ, ਚਾਹੇ ਕੋਈ ਸਰਕਾਰੀ ਨੌਕਰੀ ਕਰਦਾ ਹੈ ਜਾਂ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ, ਜਦੋਂ ਕੁਰਸੀ ਨਹੀਂ ਮਿਲਦੀ ਰੋਜ਼ ਹੀ ਅਰਦਾਸਾਂ, ਬਾਬਾ ਮੁੰਡੇ ਨੂੰ ਭਰਤੀ ਕਰਾ ਦੇ, ਖੰਡ ਪਾਠ ਕਰਵਾਵਾਂਗੇ। ਸ਼ੁਕਰ ਹੈ, ਦਾਤਾਰ ਦਾ ਸ਼ੁਕਰ ਕਰਨਾ ਚਾਹੀਦਾ, ਮੰਗਣਾ ਵੀ ਅਸੀਂ ਬਾਬੇ ਤੋਂ ਹੈ, ਪਰ ਭਾਗਾਂ ਵਾਲੇ ਉਹ ਫਿਰ ਸੋਚ ਕੰਮ ਕਰ ਰਹੀ ਹੁੰਦੀ ਹੈ, ਬਾਬਾ 30 ਲਾ ਕੇ ਤੇ ਮਹੀਨੇ ਦਾ 60,000 ਰੁਪਈਆ ਉੱਤੋਂ ਬਣਾਵਾਂਗੇ, ਏਦਾਂ ਦੀਆਂ ਸੋਚਾਂ ਬਾਬਾ, ਕਿਉਂਕਿ ਦਾਤ ਪਿਆਰੀ ਹੋ ਗਈ ਹੈ, ਜਿਹੜੇ ਦਾਤਾਰ ਨੇ ਵਰਤਣਾ ਸਿਖਾਉਣਾ ਸੀ ਉਹ ਦਾਤਾਰ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ। ਚਾਹੀਦਾ ਤਾਂ ਸੀ ਕੁਰਸੀ ਮਿਲ ਗਈ ਹੈ ਪਿਆਰੇ ਆ, ਜਿਵੇਂ ਜਿਵੇਂ ਕੁਰਸੀ ਘੁੰਮਦੀ ਹੈ ਤੈਨੂੰ ਦੁਨੀਆ ਦੇ ਲੋਕ ਦਿਖਣ, ਕਿੱਥੇ ਦੁਖੀ ਹੈ। ਜੇ ਕੋਈ ਪੁਲਿਸ ਆਫਿਸਰ ਹੈ ਦੇਖੇ ਭਾਈ ਕਿੱਥੇ ਦੁੱਖ ਹੈ, ਕਿਹੜੀ ਗੱਲ ਹੈ ਜਿਹੜੀ ਗੱਲੋਂ ਇਹਨੂੰ ਥਾਣੇ ਚ ਕਚਹਿਰੀ ਚਾਉਣਾ ਪਿਆ ਹੈ। ਮਾਫ ਕਰਿਓ, ਆ ਤੁਸੀਂ ਫੇਸਬੁੱਕ ਤੇ ਵੇਖੀ ਹੋਣੀ ਹੈ ਇੱਕ ਘਟਨਾ, ਜਿਹੜੀਆਂ ਧੀਆਂ ਨੂੰ ਇੱਕ ਇਨਸਾਨ ਨੇ ਗੁੰਮਰਾਹ ਕੀਤਾ, ਵੈਸੇ ਇਨਸਾਨ ਨੇ ਸ਼ੈਤਾਨ ਕਹਿ ਸਕਦੇ ਹਾਂ, ਗੁੰਮਰਾਹ ਕੀਤਾ ਹੈ, ਗੁੰਮਰਾਹ ਕਰਕੇ ਉਹ ਵਿਚਾਰੀਆਂ ਪ੍ਰਾਈਵੇਟ ਨੌਕਰੀਆਂ ਕਰਦੀਆਂ ਸੀ, ਲਾਲਚ ਦਿੱਤੇ ਹੈ ਤੁਹਾਨੂੰ ਸਰਕਾਰੀ ਨੌਕਰੀਆਂ ਦਵਾਵਾਂਗਾ, ਸਭ ਕੁਝ ਛੱਡ ਕੇ ਆ ਜਾਓ। ਕਿਤਨਾ ਧੀਆਂ ਰੋਂਦੀਆਂ ਫਿਰਦੀਆਂ ਨੇ, ਕਿੰਨੀਆਂ ਰੋਈਆਂ ਨੇ ਉਹ ਧੀਆਂ, ਤੇ ਜਿੱਥੋਂ ਇਨਸਾਫ ਦੀ ਮੰਗ ਸੀ ਉਹ ਫੋਨ ਡੀਕ ਰਹੇ ਨੇ, ਕਦੋਂ ਕਿਸੇ ਮੰਤਰੀ ਦਾ ਫੋਨ ਆਵੇ, ਫੋਨ ਡੀਕ ਰਹੇ ਨੇ।
ਫੋਨ ਆਵੇ ਤੇ ਅਸੀਂ ਇਹਨਾਂ ਦੇ ਨਾਲ ਬੇਇਨਸਾਫੀ ਕਰੀਏ, ਚਾਹੀਦਾ ਤਾਂ ਸੀ ਜੇ ਧੀਆਂ ਆ ਗਈਆਂ ਹੈ ਤੇ ਦਿਮਾਗ ਦੇ ਵਿੱਚ ਘੁੰਮ ਜਾਂਦਾ ਜੇ ਅੱਜ ਗਲਤ ਇਹਨਾਂ ਧੀਆਂ ਨਾਲ ਹੋਇਆ ਹੈ, ਜੇ ਇਹ ਕੁਝ ਮੇਰੀ ਧੀ ਨਾ ਹੁੰਦਾ ਮੈਂ ਕੀ ਕਰਦਾ। ਭਾਈ ਕੁਰਸੀ ਛੱਡ ਦੋ ਕੋਈ ਫਰਕ ਨਹੀਂ ਪਵੇਗਾ, ਪਰ ਸੱਚ ਨਾ ਛੱਡੋ। ਜਿਹੜੇ ਬੰਦੇ ਨੇ ਸੱਚ ਛੱਡ ਦਿੱਤਾ ਹੈ, ਸੱਚੀ ਗੱਲ ਹੈ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਮਰਿਆ ਹੀ ਬੰਦਾ ਉਹ ਹੈ ਜਿਹਨੇ ਸੱਚ ਛੱਡ ਦਿੱਤਾ। ਚਾਹੀਦਾ ਤਾਂ ਸੀ ਕੁਰਸੀ ਮਿਲ ਗਈ ਹੈ, ਬਾਬਾ ਆ ਜਿਹੜੀ ਸੁਰਤ ਚ ਤੂੰ ਵੱਸਦਾ ਹੈ ਇਹ ਕੁਰਸੀ ਇਸ ਸੁਰਤ ਤੇ ਆਵੀ ਨਾ ਹੁੰਦੀ। ਨਵਾਬ ਕਪੂਰ ਸਿੰਘ ਜੀ ਨਵਾਬੀ ਮਿਲੀ ਹੈ, ਕਹਿੰਦੇ ਇਹ ਨਵਾਬੀ ਮੇਰੇ ਮੇਰੇ ਸਿਰ ਤੇ ਆਵੀ ਨਹੀਂ ਹੋ ਸਕਦੀ, ਮੇਰੀ ਸੁਰਤ ਤੇ ਆਵੀ ਨਹੀਂ ਹੋ ਸਕਦੀ, ਇਹਨੂੰ ਪੈਰ ਦੀ ਜੁੱਤੀ ਦੀ ਨੋਕ ਤੇ ਰੱਖਿਆ ਹੈ ਨਵਾਬੀ ਦੇ ਖਿਤਾਬ ਨੂੰ। ਮਾਫ ਕਰਿਆ ਜੇ ਇੱਥੇ ਤੇ ਛੋਟੇ ਛੋਟੇ ਰੁਤਬੇ ਮਿਲ ਜਾਣ ਤੇ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ। ਬਾਬਾ ਮੇਰ ਕਰੇ, ਚਾਹੀਦਾ ਤਾਂ ਹੈ ਜਿੰਨੇ ਵੀ ਸਰਕਾਰੀ ਕਰਮਚਾਰੀ ਨੇ, ਜਿੰਨੇ ਵੀ ਪ੍ਰਾਈਵੇਟ ਕਰਮਚਾਰੀ ਨੇ, ਧਾਰਮਿਕ ਜਾਂ ਰਾਜਨੀਤਿਕ ਆਗੂ ਨੇ, ਭਾਈ ਆਪਣੀਆਂ ਕੁਰਸੀਆਂ ਦੀ ਸੰਭਾਲ ਕਰੋ। ਇਹ ਕੁਰਸੀਆਂ ਵਾਰ ਵਾਰ ਨਹੀਂ ਮਿਲਣੀਆਂ। ਤੇ ਉਹੋ ਜੇ ਅਸੀਂ ਆ ਭਾਗਾਂ ਵਾਲਿਓ ਜਿਨ੍ਹਾਂ ਨੂੰ ਖੂਬ ਕੁੱਟਿਆ ਜਾਂਦਾ ਹੈ, ਬਸ ਇੰਨੀ ਕੁ ਮੰਗ ਹੈ ਦਾਲ ਦੇ ਜਿਓ ਜੀ 5 ਕਿਲੋ ਮਹੀਨੇ ਦੀ, 2 ਬੋਰੀਆਂ ਕਣਕ ਦੀਆਂ ਦੇ ਜਿਓ ਜੀ। ਮੰਗਾਂ ਸਾਡੀਆਂ ਵੱਡੀਆਂ ਵੱਡੀਆਂ ਚਾਹੀਦੀਆਂ ਸੀ, ਸੜਕਾਂ ਤੱਕ ਅੜ ਗਏ ਹਾਂ ਅਸੀਂ, ਘਰਾਂ ਦੇ ਵਿੱਚ ਬਾਥਰੂਮਾਂ ਤੱਕ ਅੜ ਗਏ ਅਸੀਂ। ਬਸ ਜੀ ਆਹ ਹੈ, ਆਹ ਜ਼ਿੰਦਗੀ ਦਾ ਮਕਸਦ ਹੈ। ਨਾ ਗੁਰੂ ਦੇ ਸਿੱਖ ਦੀ ਸੋਚ ਬੜੀ ਉੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ। ਭਾਈ ਆਏ ਹੋ, ਜੇ ਆਏ ਹੋ, ਸਾਡੇ ਇਲਾਕੇ 'ਚ ਕੋਈ ਐਸਾ ਹੌਸਪੀਟਲ ਨਹੀਂ ਹੈਗਾ ਜਿਸ ਹੌਸਪੀਟਲ ਦੇ ਵਿੱਚ ਫ੍ਰੀ ਇਲਾਜ ਹੋ ਪਾਵੇ। ਪੱਗਾਂ ਵਾਲਿਓ, ਆ ਕੁਝ ਕੁ ਦਿਨ ਪਹਿਲਾਂ ਨਾ ਮੇਰਾ ਵੀਰ ਹੁਣ ਬਾਹਰ ਚੱਲਿਆ ਗਿਆ ਹੈ, ਇੱਥੇ ਆਇਆ ਸੀ ਪੰਜਾਬ ਦੀ ਧਰਤੀ ਤੇ। ਮੈਂ ਤੇ ਵੀਰ ਜੀ ਤਰਨ ਤਾਰਨ ਅਸੀਂ ਕਿਸੇ ਕੰਮ ਗਏ ਸੀ, ਜਿਵੇਂ ਘਰੇ ਆਏ ਤੇ ਘਰੇ ਪੋਲੀਓ ਦੀਆਂ ਬੂੰਦ ਪਿਆਉਣ ਵਾਲੀਆਂ ਭੈਣਾਂ ਬੈਠੀਆਂ ਸਨ ਤੇ ਭੈਣਾਂ ਨੂੰ ਇੱਕ ਫੋਨ ਆਇਆ, ਜਿਸ ਫੋਨ ਦੇ ਵਿੱਚੋਂ ਭੈਣਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਧੀ ਹੈ ਸਾਡੇ ਪਿੰਡ ਦੀ, ਇੱਕ ਧੀ ਹੈ ਨਾਰਲੀ ਪਿੰਡ ਦੀ, ਜਿਹੜੀ ਧੀ ਨੂੰ ਉਹਦੇ ਘਰ ਵਾਲੇ ਨੇ ਘਰੋਂ ਕੁੱਟ ਕੇ ਕੱਢ ਦਿੱਤਾ ਹੈ। ਹੁਣ ਮਾਫ ਕਰਿਆ ਜੇ ਕਈਆਂ ਨੂੰ ਕੁਝ ਗੱਲਾਂ ਚੰਗੀਆਂ ਨਹੀਂ ਲੱਗਣਗੀਆਂ, ਪਰ ਸਮਝਣ ਦਾ ਯਤਨ ਕਰਿਆ ਜੇ। ਸਾਡੇ ਸਮਾਜ ਦੇ ਅੰਦਰ ਇੱਕ ਤਾਂ ਅਨਪੜ੍ਹਤਾ ਬੜੀ ਹਾਵੀ ਹੋ ਚੁੱਕੀ ਹੈ, ਗਿਆਨ ਨਹੀਂ ਹੈ, ਜਿਹਦੇ ਕਾਰਨ ਜਿੱਧਰੋਂ ਜੀ ਕਰਦਾ ਹੈ ਸਾਨੂੰ ਹਰੇਕ ਲੁੱਟੀ ਜਾਂਦਾ ਹੈ। ਇੱਕ ਆਬਾਦੀ ਬੜੀ ਵੱਧ ਗਈ ਹੈ, ਹੁਣ ਆਬਾਦੀ ਵਧਾਈ ਕਿੰਨੀ ਹੈ, ਅਸੀਂ ਵਧਾਈ ਹੈ। ਭਾਈ ਜੇ ਤੇਰੇ 'ਚ ਕੰਪੈਸਟੀ ਹੈ, ਜਿਸ ਬੱਚੇ ਨੂੰ ਮੈਂ ਜਨਮ ਦੇ ਰਿਹਾ ਹਾਂ ਜਾਂ ਦੇ ਰਹੀ ਹਾਂ, ਚੰਗੀ ਐਜੂਕੇਸ਼ਨ ਦੇ ਪਾਵਾਂਗੀ, ਚੰਗੀ ਐਜੂਕੇਸ਼ਨ ਦੇ ਪਾਵਾਂਗਾ, ਮੁਬਾਰਕ ਹੈ। ਪਰ ਜੇ ਭਾਗਾਂ ਵਾਲੇ ਉਹ ਬੱਚੇ ਜੰਮ ਕੇ ਸੁੱਟ ਦੇਣਾ ਹੈ ਤੇ ਇਹ ਗੱਲ ਕੋਈ ਜੱਚਦੀ ਨਹੀਂ ਹੈ, ਚੰਗੀ ਨਹੀਂ ਹੈ। ਅੱਜ ਦਿਨ ਪ੍ਰਤੀ ਦਿਨ ਬੱਚੇ ਜੰਮ ਜੰਮ ਕੇ ਸੁੱਟੇ ਜਾ ਰਹੇ ਨੇ, ਗਲਤ ਹੈ। ਸ਼ਰਮ ਕਰੋ ਉਸ ਧੀ ਨੂੰ। ਹੋਇਆ ਕੀ, ਧੀ ਨੂੰ ਪੁੱਛਿਆ, ਭੈਣੇ ਤੈਨੂੰ ਕੀ ਹੋਇਆ, ਕੀ ਕਾਰਨ ਹੈ? ਕਹਿੰਦੀ ਮੇਰੇ
ਕੁੱਖ ਦੇ ਵਿੱਚ ਬੱਚਾ ਹੈ, 7 ਮਹੀਨੇ ਹੋਏ ਨੇ ਤੇ ਉਸ ਧੀ ਨੂੰ ਦਰਦਾਂ ਸ਼ੁਰੂ ਹੋ ਗਈਆਂ ਨੇ ਤੇ ਪਤੀ ਨੇ ਘਰੋਂ ਕੱਢ ਦਿੱਤਾ ਹੈ, ਇਲਾਜ ਵਾਸਤੇ ਪੈਸੇ ਨਹੀਂ, ਪੇਕੇ ਘਰ ਸੁੱਟ ਗਿਆ। ਘਰੇ ਧੀ ਤੜਫ ਰਹੀ ਹੈ, ਧੀ ਤੜਫ ਰਹੀ ਹੈ, ਉਹਨੂੰ ਖੜਿਆ ਹੈ ਹੋਸਪਿਟਲ। ਜਾਂਦਿਆਂ ਜਾਂਦਿਆਂ ਬੱਚੇ ਨੇ ਜਨਮ ਲੈ ਲਿਆ ਹੈ, 7ਵਾਂ ਹੈ ਬੱਚਾ। ਡਾਕਟਰਾਂ ਨੇ ਕਿਹਾ ਹੈ ਜੇ ਇਹ ਬੱਚਾ ਮਸ਼ੀਨ 'ਚ ਲੱਗ ਜਾਵੇਗਾ ਤੇ ਬੱਚਾ ਬਚ ਜਾਵੇਗਾ। ਸੋ ਖੈਰ, ਬੱਚੇ ਦੀ ਹਾਲਤ ਇੰਨੀ ਮੰਦੀ ਹੋ ਚੁੱਕੀ ਸੀ ਕਿ ਬੱਚਾ ਇਸ ਦੁਨੀਆਂ ਤੇ ਨਹੀਂ ਰਿਹਾ। ਜੇ ਇਹ ਬੱਚਾ ਮਸ਼ੀਨ 'ਚ ਲੱਗ ਜਾਵੇਗਾ ਤੇ ਬਚ ਜਾਵੇਗਾ। ਤਕਰੀਬਨ 2 ਦਿਨ ਦੇ ਕਰੀਬ ਉਹਨੂੰ ਹੋਸਪਿਟਲ ਦੇ ਵਿੱਚ ਰੱਖਿਆ ਗਿਆ, ਪਰ ਉਹ ਅਖੀਰ ਬੱਚਾ ਮਰ ਗਿਆ ਹੈ। ਇੱਥੇ ਬਾਪ ਦੀ ਕਰਤੂਤ ਦੇਖ ਲਓ ਤੁਸੀਂ, ਐਸੇ ਬਾਪ ਨੂੰ ਕੀ ਕਹਿ ਸਕਦੇ ਆ ਕਿ ਉਹ ਬਾਪ ਅਖਵਾਉਣ ਦੇ ਲਾਇਕ ਹੈ। ਜਿਸ ਸਮੇਂ ਔਰਤ ਨੂੰ ਸਭ ਤੋਂ ਜ਼ਿਆਦਾ ਲੋੜ ਸਿਰ ਦੇ ਸਾਈਂ ਦੀ ਸੀ, ਉਸ ਸਮੇਂ ਕਿਤੇ ਦੂਰ ਸੁੱਟ ਆਇਆ ਹੈ। ਸੁੱਟ ਆਇਆ ਪੇਕਿਆਂ ਤੋਂ, ਸਹੁਰਿਆਂ ਨੇ ਨਹੀਂ ਸਾਂਭੀ ਤੇ ਚੱਲ ਪੇਕੇ ਤਾਂ ਸਾਂਭਣ ਗਈ, ਧੀ ਹੈ ਉਹਨਾਂ ਦੀ। ਗੁਰੂ ਕੇ ਪਿਆਰਿਓ, ਸਿੱਖੋ, ਗਲਤ ਹੈ। ਇਹ ਚੀਜ਼ਾਂ ਅਨਪੜ੍ਹਤਾ ਦੇ ਵਿੱਚੋਂ ਨਿਕਲ ਰਹੀਆਂ ਨੇ, ਗਿਆਨ ਨਹੀਂ ਹੈ। ਤੇ ਮਾਫ ਕਰਿਆ ਜੇ ਇੱਥੇ ਬੰਦਾ ਪੈਰਾਂ ਤੇ ਖੜਾ ਨਹੀਂ ਹੁੰਦਾ, ਅਜੇ ਸਾਲ ਵਿਆਹ ਨੂੰ ਨਹੀਂ ਹੋਇਆ ਹੁੰਦਾ, ਸਾਰਿਆਂ ਦਾ ਧਿਆਨ ਹੋ ਜਾਂਦਾ ਹੈ ਕਦੋਂ ਕੁਝ ਖੁਸ਼ਖਬਰੀ ਦੇਣੀ। ਗਲਤ ਹੈ ਸਭ ਕੁਛ। ਜੇ ਤੁਹਾਡੇ ਮੋਢਿਆਂ ਤੇ ਭਾਰ ਹੈ, ਤੁਸੀਂ ਬੱਚੇ ਦੀ ਜ਼ਿੰਮੇਵਾਰੀ ਉਠਾ ਸਕਦੇ ਹੋ, 2 ਨਹੀਂ 3 ਬੱਚੇ ਨੂੰ ਜਨਮ ਦੇ ਸਕਦੇ ਹੋ, ਪਰ ਇਹ ਨਾ ਹੋਵੇ ਜਮ ਜਮ ਸੁੱਟੀ ਆਓ ਤੇ ਮੁੜ ਉਹਨਾਂ ਬੱਚਿਆਂ ਦੀ ਪਰਵਰਿਸ਼ ਕਰਨ ਵਾਸਤੇ ਕੋਈ ਨਾ ਹੋਵੇ। ਬਾਬਾ ਮੇਰ ਕਰੇ, ਇਹ ਗੱਲਾਂ ਦਾ ਪਤਾ ਸਾਨੂੰ ਉਦੋਂ ਲੱਗੇਗਾ ਜਦੋਂ ਸਾਡੇ ਅੰਦਰ ਗਿਆਨ ਆਵੇਗਾ, ਜਦੋਂ ਸਾਡੇ ਅੰਦਰ ਸੱਚੀ ਸੋਝੀ ਆਵੇਗੀ, ਜਦੋਂ ਸਾਡੇ ਅੰਦਰ ਉਹ ਬੈਠਾ ਗੁਰੂ ਆਵੇਗਾ, ਜਿਹੜੇ ਗੁਰੂ ਨੂੰ ਅਸੀਂ ਘਰੋਂ ਬਾਹਰ ਸੁੱਟਿਆ ਹੈ, ਜਿਹੜੇ ਗੁਰੂ ਨੂੰ ਅਸੀਂ ਘਰੋਂ ਬਾਹਰ ਕੱਢਿਆ ਹੈ। ਸਾਹਿਬ ਜੀ ਕਹਿਣ ਲੱਗੇ, ਪਿਆਰਿਆ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ। ਅੱਛਾ ਬਾਬਾ, ਅੱਖਾਂ ਵੀ ਸੌ ਗਈਆਂ, ਕੰਨ ਵੀ ਸੌ ਗਏ। ਕਹਿੰਦੇ ਪਿਆਰਿਆ, ਇੱਥੇ ਬਸ ਨਹੀਂ ਹੈ, ਰਸਨਾ ਸੋਈ ਲੋਭ ਮਿੱਠੇ ਸਾਧ। ਕਹਿੰਦੇ ਆ ਜਿਹੜੀ ਰਸਨਾ ਹੈ, ਜਿਹੜੀ ਰਸਨਾ 5 ਕੁ ਸਾਲਾਂ ਬਾਅਦ ਆਉਂਦੀ ਹੈ, ਭਾਈ ਨਸ਼ਾ ਬੰਦ ਕਰ ਦਿਆਂਗੇ। ਸੁੱਤੀ ਐਣਾ ਨਹੀਂ ਕਰ ਰਹੇ ਤੇ ਝੂਠੇ ਵਾਅਦੇ ਕਰਕੇ ਚਲੇ ਜਾਂਦੇ ਨੇ। ਜਿਹੜੀ ਰਸਨਾ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੇ ਗੁਣ ਨਹੀਂ ਕਿਸੇ ਸਰੀਰ ਦੇ ਗੁਣ ਗਾਉਂਦੀ ਹੈ, ਸਾਹਿਬ ਜੀ ਕਹਿੰਦੇ ਸੁੱਤੀ ਹੈ ਆ ਰਸਨਾ। ਆ ਭਾਗਾਂ ਵਾਲਿਓ, ਜਿਹੜੇ ਸੌ ਗਏ ਨੇ ਦੇਖਿਓ ਕਿੱਥੋਂ ਤੱਕ ਗਿਰ ਗਏ ਨੇ। ਆ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਾ, ਜਿਹਨੇ ਤਰਨ ਤਾਰਨ ਦੀ ਧਰਤੀ ਤੇ, ਕਹਿਣ ਨੂੰ ਬਾਬੇ ਆ, ਕਹਿਣ ਨੂੰ ਆਗੂ ਆ, ਜਿਹਨੇ ਦਰਸ਼ਨੀ ਦਿਓੜੀ ਢਾ ਦਿੱਤੀ ਹੈ ਸਾਡੀ ਵਿਰਾਸਤ, ਜਿਹੜੀ ਵਿਰਾਸਤ ਨੂੰ ਦੱਸਣਾ ਸੀ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ। ਸਰਹੰਦ ਚਲੇ ਜਾਓ, ਕਿੱਥੇ ਰਹਿ ਗਿਆ ਠੰਡਾ ਬੁਰਜ, ਆਨੰਦਪੁਰ ਚਲੇ ਜਾਓ, ਚਮਕੌਰ ਦੀ ਗੜੀ ਨਹੀਂ ਦਿਸਦੀ, ਕਿੱਦਾਂ ਦੱਸਾਂਗੇ ਆਪਣੀ ਨੌਜਵਾਨ ਪੀੜ੍ਹੀ ਨੂੰ। ਸਭ ਕੁਝ ਲੁੱਟ ਕੇ ਖਾ ਗਏ ਨੇ ਸਾਡੇ ਧਾਰਮਿਕ ਆਗੂ। ਚਲੋ ਰਾਜਨੀਤਿਕ ਖਾ ਜਾਂਦੇ, ਗੱਲ ਵੱਖਰੀ ਸੀ। ਉਸ ਦੇਸ਼ ਦਾ ਹਾਲ ਕਿੱਦਾਂ ਦਾ ਹੋਵੇਗਾ ਜਿਸ ਦੇਸ਼ ਦੇ ਵਿੱਚ ਨਾ ਧਾਰਮਿਕ ਆਗੂ ਚੰਗਾ ਹੈ, ਨਾ ਰਾਜਨੀਤਿਕ ਆਗੂ ਚੰਗਾ ਹੈ। ਕਿਵੇਂ ਉਸ ਦੇਸ਼ ਦੇ ਵਿੱਚ
ਕਿਵੇਂ ਵਸ ਰਹੇ ਹੋਣਗੇ ਲੋਕ, ਕੁੱਟਣ ਮਹਿਸੂਸ ਹੁੰਦੀ ਹੋਵੇਗੀ। ਅਗਲੇ ਕਾਰ ਸੇਵਾ ਦੇ ਨਾਂ ਤੇ ਮੈਨੂੰ ਮਾਫ ਕਰਿਆ ਜੇ, ਬਣਾਉਂਦੇ ਤਾਂ ਬਹੁਤ ਕੁਝ ਨੇ ਪਰ ਬਣਾ ਕੇ ਠੇਕਿਆਂ ਤੇ ਚਾੜ ਦਿੰਦੇ ਆ, ਬਹੁਤ ਕੁਝ ਬਣਾਉਂਦੇ ਨੇ। ਵੇਖੋ ਜੀ, ਤੁਹਾਡੇ ਇਲਾਕੇ ਚ ਹੌਸਪੀਟਲ ਖੋਲਣ ਲੱਗੇ ਆ, ਆਓ ਬਾਬਾ ਜੀ, ਧੰਨਵਾਦ ਹੈ ਖੋਲਣ ਲੱਗੇ ਹੋ, ਸ਼ੁਕਰ ਹੈ ਤੁਸੀਂ ਸਾਡੇ ਇਲਾਕੇ ਬਾਰੇ ਸੋਚਿਆ ਹੈ। ਪਰ ਪਾਗਾਂ ਵਾਲਿਓ, ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਸ ਹੌਸਪੀਟਲ ਦਾ ਇਲਾਜ ਦੂਜਿਆਂ ਤੋਂ ਵੀ ਮਹਿੰਗਾ ਆਉਂਦਾ ਹੈ। ਜਿਨ੍ਹਾਂ ਨੇ ਸਿਰਾਂ ਤੇ ਟੋਕਰੀਆਂ ਢੋਈਆਂ ਹੈ, ਜਦੋਂ ਉਹਨਾਂ ਨੂੰ ਹੀ ਹੌਸਪੀਟਲਾਂ ਚ ਕਮਰੇ ਨਹੀਂ ਮਿਲਦੇ। ਕਿੰਨੇ ਸਕੂਲ ਖੋਲੇ ਨੇ ਆਕਾਰ ਸੇਵਾ ਵਾਲੇ ਬਾਬਿਆਂ ਨੇ, ਕਿੰਨੇ ਹੌਸਪੀਟਲ ਖੋਲੇ ਨੇ। ਕੋਈ ਇੱਕ ਹੀ ਹੌਸਪੀਟਲ ਦਿਖਾ ਦਿਓ ਜਿੱਥੇ ਸਾਡਾ ਇਲਾਜ ਫ੍ਰੀ ਹੁੰਦਾ ਹੋਵੇ, ਜਿੱਥੇ ਸਾਡੇ ਬੱਚੇ ਫ੍ਰੀ ਪੜ੍ਹਦੇ ਹੋਣ। ਇਹਨਾਂ ਨੇ ਬਣਾ ਤੇ ਬਹੁਤ ਕੁਝ ਲਿਆ, ਪਰ ਬਣਾ ਕੇ ਠੇਕਿਆਂ ਤੇ ਚਾੜ ਦਿੱਤਾ। ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਜਿੱਥੇ ਰਾਜਨੀਤਿਕ ਆਗੂ ਨੇ ਲੁੱਟਿਆ ਹੈ ਨਾ, ਧਾਰਮਿਕ ਆਗੂ ਨੇ ਧਰਮ ਦੇ ਨਾਂ ਤੇ ਲੁੱਟ ਲਿਆ ਹੈ। ਸ਼ਰਮ ਕਰੋ, ਅਕਲ ਆਉਣੀ ਚਾਹੀਦੀ ਹੈ ਐਸੇ ਬਾਬਿਆਂ ਨੂੰ। ਭਾਈ, ਜੇ ਤੁਸੀਂ ਸਾਡੇ ਇਲਾਕੇ ਦਾ ਭਲਾ ਕਰਨ ਆਏ ਹੋ, ਜਿੱਥੇ ਤੁਸੀਂ 5,000 ਦੀ ਪਰਚੀ ਲਾਉਂਦੇ ਹੋ, ਅਸੀਂ 10 ਦੇਣ ਨੂੰ ਤਿਆਰ ਹਾਂ, ਪਰ ਮੋੜ ਉਸ ਹੌਸਪੀਟਲ ਦੇ ਵਿੱਚ ਦਵਾਈ ਲਈ ਪੈਸਾ ਨਹੀਂ ਦੇਵਾਂਗੇ। ਚਲੋ, ਤੁਹਾਡੀ ਮਜਬੂਰੀ ਹੈ, ਉਹਦੇ ਵਿੱਚ ਤੁਸੀਂ ਡਾਕਟਰ ਬੁਲਾਉਣੇ ਨੇ, ਸਕੂਲ ਦੇ ਵਿੱਚ ਟੀਚਰ ਬੁਲਾਉਣੇ ਨੇ। ਜਿੱਥੇ ਕੋਈ ਸਕੂਲ 5,000 ਰੁਪਈਆ ਫੀਸ ਲੈਂਦਾ, ਅਸੀਂ 2.5 ਦੇਵਾਂਗੇ। ਕਮ ਸੇ ਕਮ ਸਾਨੂੰ ਇੰਨੀ ਤਾਂ ਸਹੂਲਤ ਦਿਓ। ਪਰ ਮਾਫ਼ ਕਰਿਆ ਜੇ ਭਾਗਾਂ ਵਾਲਿਓ, ਇੱਥੇ ਕੁਝ ਵੀ ਆਪਣਾ ਨਹੀਂ ਰਹਿਣ ਦਿੱਤਾ, ਨਾ ਧਾਰਮਿਕ ਆਗੂਆਂ ਨੇ, ਨਾ ਰਾਜਨੀਤਿਕ ਆਗੂਆਂ ਨੇ। ਇੱਕ ਆਗੂ ਉਹ ਹੈ ਜਿਹੜੇ ਹਨੇਰੇ ਚ ਲਿਜਾ ਰਹੇ ਨੇ, ਇੱਧਰ ਆ ਜਾਓ ਇੱਧਰ ਆ ਜਾਓ, ਤੇ ਇੱਕ ਆਗੂ ਹੈ ਮੇਰਾ ਬਾਬਾ ਨਾਨਕ ਜਿਹੜਾ ਸੁੱਤਿਆਂ ਨੂੰ ਜਗਾ ਰਿਹਾ ਹੈ। ਭਾਈ, ਜਾਗੋ ਜਾਗੋ, ਨਾ ਜਾਗੇ ਤਾਂ ਲੁੱਟੇ ਜਾਓਗੇ। ਜਿਹਨੂੰ ਸਾਹਿਬ ਦੀ ਬਾਣੀ ਨੇ ਕਿਹਾ ਹੈ ਨਾ, ਅੰਧੇ ਕੇਰਾ ਦੱਸਿਆ ਅੰਧਾ ਹੋਏ ਸੋ ਜਾਏ। ਐ ਪਿਆਰਿਆ, ਜੇ ਤੇਰੇ ਅੰਦਰ ਗਿਆਨ ਨਹੀਂ ਹੈ ਨਾ, ਤੈਨੂੰ ਧਾਰਮਿਕ ਆਗੂ ਉਸ ਜਗ੍ਹਾ ਵੱਲ ਲਿਜਾਵੇਗਾ ਜਿਸ ਜਗ੍ਹਾ ਤੇ ਹਨੇਰਾ ਹੈ। ਲਿਜਾ ਹੀ ਰਹੇ ਹੈ ਨਾ ਅੱਜ ਸਾਨੂੰ, ਅੰਧੇ ਕੇਰਾ ਦੱਸਿਆ ਅੰਧਾ ਹੋਏ ਸੋ ਜਾਏ। ਕਹਿੰਦੇ ਮਤਾ ਸੋਚੀ ਤੂੰ ਸੁਜਾਖਾ ਹੈ। ਵੈਸੇ ਬੰਦਾ ਸਿਆਣਾ ਬੜਾ ਬਣਦਾ ਹੈ, ਮੇਰੇ ਨਾਲ ਦਾ ਤਾਂ ਸਿਆਣਾ ਕੋਈ ਨਹੀਂ। ਸਾਹਿਬ ਦੀ ਬਾਣੀ ਕਹਿੰਦੀ ਅੰਨਿਆਂ ਦੇ ਮਗਰ ਲੱਗਦਾ ਹੈ, ਪਿਆਰਿਆ ਤੂੰ ਅੰਨਾ ਹੈ। ਅੱਛਾ ਬਾਬਾ, ਬਾਬਾ ਮੈਂ ਤਾਂ ਆਪਣੇ ਆਪ ਨੂੰ ਸਿਆਣਾ ਬੜਾ ਮੰਨਦਾ ਸਾਂ। ਬਾਬਾ ਜੀ ਕਹਿੰਦੇ ਅੰਧੇ ਕੇਰਾ ਦੱਸਿਆ ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਕਹਿੰਦੇ ਜਿਹਦੀਆਂ ਅੱਖਾਂ ਨੇ, ਆਹ ਅੱਖਾਂ ਦੀ ਗੱਲ ਨਹੀਂ ਹੈ, ਜਿਹਦੇ ਕੋਲ ਗਿਆਨ ਵਾਲੀਆਂ ਅੱਖਾਂ ਨੇ, ਜਿਹੜਾ ਹਰੇਕ ਗੱਲ ਨੂੰ ਸੋਚਦਾ ਹੈ, ਘੋਖਦਾ ਹੈ, ਕਹਿੰਦੇ ਪਿਆਰਿਓ ਫਿਰ ਉਹਨੂੰ ਕੋਈ ਵੀ ਲੁੱਟ ਨਹੀਂ ਸਕਦਾ, ਉਹ ਅੰਨੇ ਦੇ ਮਗਰ ਨਹੀਂ ਜਾਏਗਾ। ਕਿਉਂਕਿ ਸੁਜਾਖਾ ਹੈ, ਉਹਦੇ ਕੋਲ ਸੁਰਤ ਰੂਪੀ ਅੱਖਾਂ ਨੇ, ਉਹ ਨਹੀਂ ਉੱਜੜੇਗਾ। ਅੱਜ ਉੱਜੜੇ ਹੀ ਤਾਂ ਹੈ ਕਿਉਂਕਿ ਅੱਖਾਂ ਨਹੀਂ ਹੈਗੀਆਂ। ਅੱਖਾਂ ਦੇਣੀਆਂ ਸੀ ਬਾਬੇ ਦੀ ਬਾਣੀ ਨੇ, ਬਾਬੇ ਦੀ ਬਾਣੀ ਤੋਂ ਅਸੀਂ ਕੋਹਾਂ ਦੂਰ ਆ। ਮੇਰੀਓ ਭੈਣੋ, ਜਿਵੇਂ ਘਰ ਦੇ ਵਿੱਚ ਝਾੜੂ ਲਾਉਣਾ ਰੋਜ਼ ਜ਼ਰੂਰੀ ਹੈ, ਇੱਕ ਦਿਨ ਨਹੀਂ ਲਾਇਆ ਸਰ ਜਾਵੇਗਾ, ਦੋ ਦਿਨ ਨਹੀਂ ਲਾਇਆ ਸਰ ਜਾਵੇਗਾ, ਪਰ ਤੀਜੇ ਦਿਨ ਉਸ ਘਰ ਦੇ ਵਿੱਚ ਰਹਿਣ ਨੂੰ ਦਿਲ ਨਹੀਂ ਕਰੇਗਾ।
ਕਿਉਂਕਿ ਘਰ ਦੇ ਵਿੱਚ ਗੰਦਗੀ ਆ ਗਈ ਹੈ, ਨਾ ਬਹਿਣ ਨੂੰ ਜੀ ਕਰਦਾ ਹੈ, ਨਾ ਖਲੋਣ ਨੂੰ ਜੀ ਕਰਦਾ ਹੈ, ਨਾ ਖਾਣ ਨੂੰ ਜੀ ਕਰਦਾ ਹੈ। ਜੇ ਅੱਜ ਅਸੀਂ ਆਪਣੀ ਜ਼ਿੰਦਗੀ ਤੋਂ ਅੱਕੇ ਹੋਏ ਹਾਂ ਨਾ ਪਾਗਾਂ ਵਾਲਿਓ, ਇਹਦਾ ਵੀ ਇੱਕੋ ਹੀ ਕਾਰਨ ਹੈ, ਅਸੀਂ ਗਿਆਨ ਦਾ ਝਾੜੂ ਨਹੀਂ ਲਾਇਆ। ਜਿਹੜੇ ਗਿਆਨ ਦੇ ਝਾੜੂ ਨੇ ਕਾਮ ਨੂੰ ਕੰਟਰੋਲ 'ਚ ਰੱਖਣਾ ਸੀ, ਕ੍ਰੋਧ ਨੂੰ ਦੂਰ ਕਰਨਾ ਸੀ, ਲੋਭ ਮੋਹ ਹੰਕਾਰ ਇਹਨਾਂ ਚੀਜ਼ਾਂ ਨੂੰ ਕੰਟਰੋਲ 'ਚ ਰੱਖਣਾ ਸੀ, ਉਹ ਝਾੜੂ ਲੱਗਾ ਹੀ ਨਹੀਂ। ਅੱਜ ਜਿਹਦਾ ਜਿੱਥੇ ਦਾ ਲੱਗਦਾ ਹੈ, ਆਪੋ ਆਪਣਾ ਦਾ ਲਾਈ ਆਉਂਦਾ ਹੈ, ਕੋਈ ਕੋਈ ਰਿਸ਼ਵਤ ਲਈ ਆਉਂਦਾ ਹੈ, ਕੋਈ ਅੱਖਾਂ ਨਾਲ ਗਲਤ ਵੇਖੀ ਆਉਂਦਾ ਹੈ, ਕੋਈ ਕੰਨਾਂ ਦੇ ਨਾਲ ਗਲਤ ਸੁਣੀ ਆਉਂਦਾ ਹੈ। ਸਾਹਿਬ ਜੀ ਕਹਿੰਦੇ ਪਿਆਰਿਆ, ਇਹ ਸਭ ਕੁਝ ਤਾਂ ਹੀ ਹੋਇਆ ਹੈ ਕਿਉਂਕਿ ਬਾਬੇ ਦੀ ਬਾਣੀ ਤੇਰੇ ਕੋਲ ਨਹੀਂ ਸੀ, ਬਾਬੇ ਨੂੰ ਘਰ ਦੇ ਵਿੱਚ ਲੈ ਆਇਆ। ਕਹਿੰਦੇ ਜੇ ਬਾਬਾ ਘਰ 'ਚ ਆ ਜਾਵੇਗਾ ਨਾ, ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਤੂੰ ਜਾਗ ਜਾਵੇਂਗਾ। ਬਾਬਾ ਉਹ ਕਿਵੇਂ? ਭਾਈ ਗੁਰਦਾਸ ਜੀ ਕਹਿਣ ਲੱਗੇ, ਕਹਿੰਦੇ ਗੁਰੂ ਇੰਨਾ ਦਿਆਲ ਹੈ, ਇੰਨਾ ਕਿਰਪਾਲੂ ਹੈ। ਭਾਈ ਜੀ ਉਹ ਕਿਵੇਂ? ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪਿਆਰਿਆ ਇੱਕ ਕਦਮ ਚੰਗਿਆਈ ਵਾਲੇ ਪਾਸੇ ਪੁੱਟ, ਸਤਿਗੁਰ ਤੈਨੂੰ ਕਰੋੜਾਂ ਕਦਮ ਅੱਗੇ ਚੱਲ ਕੇ ਲੈਣ ਵਾਸਤੇ ਆਵੇਗਾ। ਸੋ ਪਾਗਾਂ ਵਾਲਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਅਸੀਂ ਜੋ ਵੀ ਕਮਾ ਰਹੇ ਹਾਂ, ਜੋ ਵੀ ਖਾ ਰਹੇ ਹਾਂ, ਇਹ ਸਾਡਾ ਖਾਧਾ, ਇਹ ਸਾਡਾ ਕੰਮ ਕੀਤਾ, ਕਮਾਈਆਂ ਕੀਤੀਆਂ ਤਾਂ ਹੀ ਚੰਗੀਆਂ ਨੇ ਜੇ ਇਹਨਾਂ ਦੇ ਵਿੱਚ ਗੁਰੂ ਹੈ। ਜੇ ਗੁਰੂ ਨਹੀਂ ਹੈ, ਜਿੱਥੇ ਸਾਡੀ ਕਾਇਆ ਰੋਗਾਂ ਦੇ ਨਾਲ ਗ੍ਰਸੀ ਜਾਵੇਗੀ, ਉੱਥੇ ਮਨ ਵੀ ਬਚ ਨਹੀਂ ਸਕੇਗਾ। ਮਨ ਨੂੰ ਵੇਚ ਦੋ, ਮਨ ਨੂੰ ਆਪਣਾ ਰਹਿਣ ਹੀ ਨਾ ਦੋ। ਮਨ ਤੇ ਕੰਟਰੋਲ ਗੁਰੂ ਦਾ ਹੋਣਾ ਚਾਹੀਦਾ ਹੈ, ਨਾ ਕਿ ਵਿਕਾਰਾਂ ਦਾ ਹੋਣਾ ਚਾਹੀਦਾ। ਸਾਹਿਬ ਜੀ ਕਹਿੰਦੇ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜੇ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ਤੇ ਲਿਜਾਣਾ ਚਾਹੁੰਦਾ ਹੈ, ਪੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਪਾਗੀ ਪਾਇਆ। ਪਿਆਰਿਆ ਤੇਰੇ ਵੱਡੇ ਪਾਗ ਨੇ, ਤੇਰਾ ਗੁਰੂ ਤਾਂ ਭੁੱਲਿਆਂ ਨੂੰ ਵੀ ਗੱਲ ਵਕੜੀ ਦੇ ਨਾਲ ਲਾਉਂਦਾ ਹੈ। ਬਾਬਾ ਮੇਰ ਕਰੇ ਸਾਨੂੰ ਸਭਨਾਂ ਨੂੰ ਸਮਤ ਬਖਸ਼ੇ, ਅਸੀਂ ਗੁਰੂ ਗਿਆਨ ਦੇ ਹੇਠਾਂ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਜਿਹੜੇ ਮੇਰੇ ਵੀਰ ਚੰਗੀਆਂ ਚੰਗੀਆਂ ਨੌਕਰੀਆਂ 'ਤੇ ਹੈ ਜਾਂ ਜਿਨ੍ਹਾਂ ਕੋਲ ਚੰਗੀਆਂ ਜ਼ਮੀਨ ਜਾਇਦਾਦਾਂ ਨੇ, ਵੀਰੋ ਜ਼ਰੂਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰੋ। ਜੇ ਕਿਸੇ ਦਾ ਬੱਚਾ ਪੜ੍ਹਾਉਣ ਵਾਲਾ ਹੈ, ਬੱਚੇ ਦੀ ਫੀਸ ਦੇ ਦਿਓ। ਜੇ ਕਿਸੇ ਦੇ ਘਰ ਦੇ ਵਿੱਚ ਰੋਟੀ ਨਹੀਂ ਪੱਕਦੀ, ਉਸ ਘਰ ਦੇ ਵਿੱਚ ਰਾਸ਼ਨ ਦਾ ਪ੍ਰਬੰਧ ਕਰ ਦਿਓ। ਜੇ ਕੋਈ ਰੋਗ ਦੇ ਕਾਰਨ ਮਰ ਰਿਹਾ ਹੈ, ਕੋਸ਼ਿਸ਼ ਕਰੋ ਮੇਰੇ ਚਾਰ ਵੀਰ ਇਕੱਠੇ ਹੋ ਕੇ ਹਰੇਕ ਦੀ ਲੋੜ ਪੂਰੀ ਕਰੋ। ਪਤਾ ਨਹੀਂ ਕਦੋਂ ਸਾਡੇ ਤੇ ਵੀ ਐਸਾ ਸਮਾਂ ਆ ਜਾਵੇ ਜਿਸ ਸਮੇਂ ਸਾਨੂੰ ਵੀ ਕਿਸੇ ਦੇ ਅੱਗੇ ਹੱਥ ਡਾਉਣਾ ਪੈ ਜਾਵੇ। ਸਾਡੀਆਂ ਕਮਾਈਆਂ 'ਚ ਬਰਕਤਾਂ ਸ਼ੁਰੂ ਹੋਣ ਜਾਣਗੀਆਂ, ਸਾਡੇ ਧੀਆਂ ਪੁੱਤਰਾਂ ਨੂੰ ਪਤਾ ਲੱਗ ਜਾਵੇਗੀ ਪੈਸੇ ਦੀ ਅਹਿਮੀਅਤ, ਜਦੋਂ ਪੈਸਾ ਸਹੀ ਜਗ੍ਹਾ 'ਤੇ ਲੱਗਣਾ ਸ਼ੁਰੂ ਹੋ ਗਿਆ। ਬਾਬਾ ਮੇਰ ਕਰੇ ਸਾਨੂੰ ਸਭਨਾਂ ਨੂੰ ਸਮਤ ਬਖਸ਼ੇ। ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਮੇਰੀਆਂ, ਬਚਨ ਮਾਲਕ ਦਾ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ ਜੀ।
ਅੰਤ ਵਿੱਚ ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।